ਲਿਟਰਾ ਦੇ ਸ਼ਸ਼ੀਕਲ ਜੀ ਵੈਲਕਮ ਟੂ ਦਾ ਪਲਬੀ ਸਟੋਰ ਪੋਸਟ ਆਫ ਵਿਚੌਂਗ ਮੋਡਲ ਟਾਊਨ ਲੁਧਿਆਣਾ ਲੋ ਜੀ ਅੱਜ ਤੁਹਾਡੇ ਲਈ ਆਪਾਂ ਨਵੇਂ ਆਰਟੀਕਲ ਲੈ ਕੇ ਆ ਗਏ ਜਿੱਦਾਂ ਕਿ ਇਹ ਵੈਸਟਰਨ ਨਾ ਇੰਡੋ ਵੈਸਟਰਨ ਡ੍ਰੈਪਸ ਲਹਿੰਗਾ ਕਮ ਸਾੜੀ ਆਈਵਰੀ ਕਲਰ ਫੈਬਰਿਕ ਪ्युअर ਔਰਗੈਂਜ਼ਾ ਇਹਦਾ ਨੈਟ ਦਾ ਬਲਾਊਜ਼ ਆਏਗਾ ਡਿਫਰੈਂਟ ਡਿਜ਼ਾਈਨਰ ਇਹਦਾ ਬਲਾਊਜ਼ ਬਣਿਆ ਪੱਲ ਵਰਕ ਦੇ ਵਿੱਚ ਸਾਰਾ ਬੀਡਸ ਐਂਡ ਪੱਲ ਦਾ ਕੰਮ ਆਏਗਾ ਹਾਈ ਨੈਕ ਦੇ ਵਿੱਚ ਬੈਕ ਵੀ ਬਹੁਤ ਸੋਹਣੀ ਬਣੀ ਐ ਇੱਥੇ ਹੀ ਬੈਕ ਜ਼ਿਪਰ ਆਏਗੀ ਹਾਈ ਨੈਕ ਵਾਲੀ ਉਹ ਨਾਲ ਡ੍ਰੇਪ ਜਿਹੜੀ ਅਟੈਚ ਹੈਗੀ ਐ ਔਰ ਔਰਗੈਂਜ਼ਾ ਦੀ ਸਕਰਟ ਆਏਗੀ ਹਾਈ ਲੋ ਦੇ ਵਿੱਚ ਲੇਅਰਸ ਵਾਲੀ ਤਿੰਨ ਚਾਰ ਲੇਅਰ ਵਾਲੀ ਸਕਰਟ ਆਏਗੀ ਦੀ ਡਿਫਰੈਂਟ ਡਿਫਰੈਂਟ ਆਰਟੀਕਲ ਤੁਹਾਨੂੰ ਸ਼ੋਅ ਕਰਾਂਗੇ ਤੇ ਸਭ ਸਿੰਗਲ ਸਿੰਗਲ ਆਰਟੀਕਲ ਹੋਣਗੇ ਤੇ ਸ਼ੁਰੂ ਕਰਨ ਤੋਂ ਪਹਿਲੇ ਸਾਡੇ ਵਟਸਐਪ ਨੰਬਰ ਨੋਟ ਜਰੂਰ ਕਰੋ ਜੀ ਆਹ ਸਾਡੇ ਵਟਸਐਪ ਨੰਬਰ ਨੇ ਜੀ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਇਹਦੇ ਤੋਂ ਅੱਛਾ ਲੱਗੇਗਾ ਆਰਟੀਕਲ ਉਹਦਾ ਸਕਰੀਨਸ਼ਾਟ ਲੈ ਲੈਣਾ ਸਕਰੀਨਸ਼ਾਟ ਲੈ ਕੇ ਆ ਨੰਬਰਾਂ ਤੇ ਸ਼ੇਅਰ ਕਰਕੇ ਕਾਲ ਕਰਕੇ ਮੈਸੇਜ ਕਰਕੇ ਆਪਣਾ ਆਰਟੀਕਲ ਤੁਸੀਂ ਬੁੱਕ ਕਰਵਾ ਸਕਦੇ ਹੋ ਇਹ ਸਾਰੇ ਆਨਲਾਈਨ ਨੰਬਰ ਨੇ ਜੀ ਠੀਕ ਹੈ ਜੀ ਲਓ ਜੀ ਸ਼ੁਰੂ ਕਰ ਰਹੇ ਆ ਆਈਟਮ ਨੰਬਰ 1 ਤੋਂ ਬਿਊਟੀਫੁੱਲ ਡ੍ਰੇਪ ਸਾੜੀ ਆਏਗੀ ਜੀ ਹਾਂ ਬਲੈਕ ਕਲਰ ਦੀ ਸੀਕੁਐਂਸ ਦੀ ਨਾ ਇੰਡੋ-वेस्टर्न ਸਟਾਈਲ ਪ੍ਰੋਪਰ ਗਰਲਿਸ਼ ਜਿੱਦਾਂ ਕਿ ਤੁਸੀਂ ਡਿਜ਼ਾਈਨਰ ਦੇ ਆ ਕੈਟਲੌਗ ਦੇ ਆ ਤੁਸੀਂ ਬਾਲੀਵੁੱਡ ਸਟਾਈਲ ਵਾਲੇ ਕਨਸੈਪਟ ਤੁਸੀਂ ਦੇਖਦੇ ਹੋ ਨਾ ਪ੍ਰੋਪਰ ਡਿਜ਼ਾਈਨਰ ਵਰਕ ਆਏਗਾ ਇਹ ਹਾਂਜੀ ਡ੍ਰੇਪ ਸਾੜੀ ਹੈ ਰੈਡੀ ਟੂ ਵੇਅਰ ਇਹ ਲਾਇਕਰਾ ਦੀ ਪਿਓ ਡ੍ਰੇਪ ਹੋਏਗੀ ਕੰਟਰਾਸਟ ਦੇ ਉੱਪਰ ਵਰਕ ਹੈ ਰਿਬਨ ਦਾ ਰਿਬਨ ਦਾ ਕੰਟਰਾਸਟ ਮਹਿਰੂਨ ਵਰਕ ਬਲਾਊਜ਼ ਬਹੁਤ ਸੋਹਣਾ ਬਣਿਆ ਹੈ 슬ੀਵਲੈਸ ਇਹਦਾ ਬਲਾਊਜ਼ ਆਏਗਾ ਪਰ ਬਾਜ਼ੂ ਆਪ ਲਗਾ ਸਕਦੇ ਹਾਂ ਡਿਜ਼ਾਈਨਰ ਇਹਦਾ ਗਰਲਿਸ਼ ਬਲਾਊਜ਼ ਬਣਿਆ ਹੋਇਆ ਹੈ ਠੀਕ ਹੈ ਜੀ ਰੈਡ ਟੂ ਬਲੈਕ ਦਾ ਕੰਬੀਨੇਸ਼ਨ ਆ ਗਿਆ ਤੇ ਨਾਲ ਸੀਕੁਐਂਸ ਦੀ ਡ੍ਰੇਪ ਆਏਗੀ ਪੱਲਾ ਜਿਹੜਾ ਹੈ ਨਾ ਸੀਕੁਐਂਸ ਦਾ ਆਏਗਾ ਪ੍ਰੋਪਰ ਰੈਡੀ ਟੂ ਵੇਅਰ पूरा सीक्वेंस ਦਾ ਬਲੈਕ ਇਨਟੂ ਮੈਰੂਨ ਦਾ ਇਹ ਕਨਸੈਪਟ ਆ ਗਿਆ ਬੈਕ ਵੀ ਬਹੁਤ ਸੋਹਣੀ ਬਣੀ ਹੈ ਬਲਾਊਜ਼ ਦੀ ਜੀ ਨਾ ਲਾਏਗੀ ਡ੍ਰੇਪ ਰੈਡੀ ਟੂ wear ਜਸ ਤੁਸੀਂ ਹੁੱਕ ਲਗਾਣੇ ਆ ਬਲਾਊਜ਼ ਪਾਣਾ ਰੈਡੀ ਟੂ wear ਸਾੜੀ ਆਏਗੀ ਜੀ ਇਹ ਪ੍ਰੋਪਰ ਗਰਲੀਸ਼ ਔਰ ਵੈਸਟਰਨ ਆਏਗੀ ਜੀ ਬਲੈਕ ਐਂਡ ਮੈਰੂਨ ਦਾ ਇਹ ਕੰਬੀਨੇਸ਼ਨ ਆਏਗਾ ਸੀਕੁਐਂਸ ਔਰ ਪਿਓਰ ਲਾਈਕਰਾ ਦੀ ਸਾੜੀ ਹੈ ਬਲਾਊਜ਼ ਰੈਡੀਮੇਡ ਹੋਏਗਾ ਦਾ ਸਾੜੀ ਵੀ ਰੈਡੀਮੇਡ ਹੈ ਕੀ ਹੈ ਠੀਕ ਹੈ ਨਾ ਜੀ ਇਹ ਪ੍ਰੋਪਰ ਵੈਸਟਰਨ ਲੁੱਕ ਦੀਆਂ ਸਾੜੀਆਂ ਨੇ ਜੀ ਡਿਜ਼ਾਈਨਰ ਡਿਫਰੈਂਟ ਔਰ ਅਲੱਗ ਹੈਗਾ ਕਨਸੈਪਟ ਹੈ ਆਈਟਮ ਨ ਤੇ ਰੇਟ ਆਏਗਾ 9580 ਲੋ ਜੀ ਸੈਕੰਡ ਵੀ ਡਰੇਪ ਦੇ ਵਿੱਚ ਹੈ ਪਰ ਇਹ ਗਰਾਰਾ ਜਿੱਦਾਂ ਕਹਿੰਦੇ ਨਾ ਗਰਲਿਸ਼ ਸਾੜੀ ਚਾਹੀਦੀ ਹੈ ਪਰ ਅਲੱਗ ਹੋਵੇ ਕੁਝ ਡਿਫਰੈਂਟ ਹੋਵੇ ਬੇਬੀ ਪਿੰਕ ਕਲਰ ਦੀ ਸਾੜੀ ਹੈ ਬਿਊਟੀਫੁਲ ਬਲਾਊਜ਼ ਬਣਿਆ ਇਹਦਾ ਆ ਦੇਖੋ ਪਹਿਲੇ ਸਟੈਪ ਲੁੱਕ ਵਾਲਾ ਇਹਦਾ ਬਲਾਊਜ਼ ਹੈ ਪਰ ਆਪਾਂ ਸਟੈਪ ਬਰੋਡ ਕਰਕੇ ਸਲੀਵਜ਼ ਦੇ ਵਿੱਚ ਐਡ ਕਰ ਸਕਦੇ ਹਾਂ ਟੰਮੀ ਕਵਰ ਇਹਦਾ ਬਲਾਊਜ਼ ਆਏਗਾ ਪੂਰਾ ਮਟੀਰੀਅਲ ਜੁਐਲਰੀ ਦਾ ਕੰਮ ਹੈ ਦੇਖੋ ਨਾ ਸਿਲਵਰ 골ਡ ਤੇ ਮਿਰਰ ਪਰਲ ਬੀਡ ਸਭ ਵਰਕ ਹੈ ਨਾਲ ਗਰਾਰਾ ਇਹਦਾ ਰੈਡੀ ਟੂ ਵੇਅਰ ਹੈ ਗਰਾਰਾ ਪੈਂਟ ਵਾਲੀ ਸਾੜੀ ਹੈ ਰੈਡੀ ਟੂ ਵੇਅਰ ਗਰਾਰਾ ਆਏਗਾ ਜੌਰਜਟ ਦਾ ਪੱਲੂ ਜਿਹੜਾ ਗਰਾਰੇ ਦੇ ਨਾਲ ਅਟੈਚ ਹੈ ਡ੍ਰੇਪ ਜਿਹੜੀ ਹੈ ਨਾ ਇਸ ਤਰ੍ਹਾਂ ਆਏਗੀ ਡ੍ਰੇਪ ਤੇ ਵੀ ਵਰਕ ਆਏਗਾ ਸਾਰਾ ਆ ਡ੍ਰੇਪ ਹੈਗੀ ਹੈ ਇਸ ਤਰ੍ਹਾਂ ਨਾ ਸ਼ੋਲਡਰ ਤੇ ਆਏਗੀ ਬੈਕ ਤੋਂ ਲੈ ਕੇ ਨਾ ਅੱਗੇ ਦੀ ਬੈਕ ਬਿਊਟੀਫੁੱਲ ਡ੍ਰੇਪ ਸਾੜੀ ਬੇਬੀ ਪਿੰਕ ਕਲਰ ਦੀ ਰੈਡੀ ਟੂ ਵੇਅਰ ਪ੍ਰੋਪਰ ਗਰਲਿਸ਼ ਹੈ ਇਸ ਸੈਲੀਬ੍ਰਿਟੀ ਸਟਾਈਲ ਵਾਲੇ ਸਾਰੇ ਕਨਸੈਪਟ ਨੇ ਪਾਰਟੀ ਵੇਅਰ ਲੁੱਕ ਦਿਆ ਇਟਮ ਆ ਨੇ ਜਿੱਥੇ ਮਰਜ਼ੀ ਪਾ ਲੋ ਜੀ ਇਹ ਡੰਪ ਨਹੀਂ ਹੁੰਦੀਆਂ ਜਿਹੜੇ ਮਰਜ਼ੀ ਫੰਕਸ਼ਨ ਲਈ ਟੂਜੋ ਦੇ ਵਿੱਚ ਪਣਾਣਾ ਹੈ ਆਪਣਾ ਦਾਜਵਰੀ ਦੇ ਵਿੱਚ ਪਣਾਣੀ ਹੈ ਜਾਂ ਕਿਸੇ ਅੱਛੇ ਫੰਕਸ਼ਨ ਤੇ ਪਾਣੀ ਹੈ ਵੇਅਰ ਹੋਣ ਵਾਲੇ ਕਨਸੈਪਟ ਨੇ ਜੀ ਸੁਪਰ ਹੈ ਜੀ ਪਿਓਰ ਲਾਈਕ ਰਾਈਜ਼ੀ ਡ੍ਰੇਪ ਸਾੜੀ ਜਾਰਜਟ ਦਾ ਬਲਾਊਜ਼ ਆਏਗਾ ਰੈਡੀਮੇਡ ਹੈਵੀ ਬਲਾਊਜ਼ ਵਿਦ ਡ੍ਰੇਪ ਕਲਰ ਬੇਬੀ ਪਿੰਕ ਹੈ ਆਈਟਮ ਨੰਬਰ 2 ਹੈ ਕੀ ਹੈ ਜੀ ਤੇ ਰੇ ਲੋ ਜੀ ਥਰਡ ਡਿਜ਼ਾਈਨ ਇਹ ਆਇਆਗਾ 베ਜ 골ਡ ਇਹ ਵੀ ਪਿਓਰ ਲਾਇਕਰਾ ਹੈ ਰੈਡੀ ਟੂ ਵੇਅਰ ਸਟਿਚ ਸਾੜੀ ਹੈ ਪ੍ਰੋਪਰ ਪਲੇਟਾਂ ਵਾਲੀ ਆ ਦੇਖੋ ਨਾ ਗਰਲਿਸ਼ ਸ਼ੋਰ ਡਿਜ਼ਾਈਨਰ ਬਲਾਊਜ਼ ਬਹੁਤ ਸੋਹਣਾ ਮਾਊਸ ਗਰੇਜਾ ਕਲਰ ਕਹਿ ਸਕਦੇ ਆਪਾਂ 베ਜ ਤੇ ਬਲਾਊਜ਼ ਦਾ ਸਟਾਈਲ ਦੇਖੋ ਵੀ ਨੈਕ ਵਾਲਾ ਹੈ ਟਮਮੀ ਕਵਰ ਹੋਏਗਾ ਲੌਂਗ ਬਲਾਊਜ਼ ਹੋਏਗਾ ਪਰ ਸਾਰਾ ਡਿਫਰੈਂਟ ਮਟੀਰੀਅਲ ਦਾ ਕੰਮ ਡਿਜ਼ਾਈਨਰ ਵਰਕ ਕੀਤਾ ਹੈ ਜੀ ਉੱਪਰ ਬਲਾਊਜ਼ ਬਹੁਤ ਸੋਹਣਾ ਬਣਿਆ ਹੈ ਦਾ ਨਾ ਲਾਇਕਰਾ ਦੀ ਪਿਓਰ ਦੀ ਡ੍ਰੇਪ ਸਾੜੀ ਆਏਗੀ ਡ੍ਰੇਪ ਦੇ ਉੱਪਰ ਵੀ ਇਸ ਤਰ੍ਹਾਂ ਹੀ ਬਰੋਚ ਆਏਗਾ ਸ਼ੋਲਡਰ ਤੇ ਨਾ ਪ੍ਰੋਚ ਆਏਗਾ ਜਦੋਂ ਪਾਉਂਗੇ ਨਾ ਉਹ ਤੋਂ ਬਹੁਤ ਸੋਹਣੀ ਲੁੱਕ ਆਏਗੀ ਡਿਜ਼ਾਈਨਰ ਇਹਦਾ ਬਲਾਊਜ਼ ਬਣਿਆ ਬੈਕ ਇਸ ਤਰ੍ਹਾਂ ਆਣਗੇ ਨਾ ਜ਼ਿਪਰ ਹੈਗੀ ਹੈ ਬੈਕ ਤੇ ਬੜਾ ਕੰਫਰਟੇਬਲ ਸਾਈਜ਼ ਆਗੇ ਨੇ ਗਰਲਿਸ਼ ਦੇ ਵਿੱਚ ਨਾ ਇਹ ਡਿਜ਼ਾਈਨਰ ਜਿਹੜੀ ਸਾੜੀਆਂ ਨੇ ਬਹੁਤ ਰਾਇਲ ਨੇ ਇੰਗਲਿਸ਼ ਕਲਰ ਨੇ ਸਾਰੇ ਫੈਬਰਿਕ ਬੜੇ ਫਾਈਨ ਨੇ ਸਮਾਰਟ ਫਿਟਿੰਗ ਦੀ ਹੈਵੀ ਬਲਾਊਜ਼ ਵਾਲੀ ਇਹ ਡ੍ਰੈਪ ਸਾੜੀ ਹੈਗੀ ਜੀ ਲੁੱਕ ਦੇਖੋ ਕਿੰਨੀ ਸ਼ਾਨਦਾਰ ਆ ਪਾਇਆ ਹੋਇਆ ਬਹੁਤ ਹੌਸਮ ਲੱਗਣਾ ਹੈ ਰੈਡੀ ਟੂ ਵੇਅਰ ਪ੍ਰੋਪਰ ਡਿਜ਼ਾਈਨਰ ਇੰਡੋ-ਵੈਸਟਰਨ ਸਟਾਈਲ ਸਾੜੀਆਂ ਨੇ ਹੈਵੀ ਬਲਾਊਜ਼ ਦੇ ਨਾਲ ਕਲਰ ਆਏਗਾ ਮਾਊ

ਲੋ ਜੀ ਸੱਤੇ ਪਾਲ ਪ੍ਰਿੰਟਿੰਗ ਵਾਲੇ ਕਨਸੈਪਟ ਆਗੇ ਸ਼ਾਰਟ ਸ਼ਰਟ ਵਿਦ ਮਤਲਬ ਕਿ ਮੀਡੀਅਮ ਲੈਂਥ ਬਿਲਕੁਲ ਵੀ ਸ਼ਾਰਟ ਨਹੀਂ ਕਹਿ ਸਕਦੇ ਪਿਓਰ ਕਲੇ ਫੈਬਰਿਕ ਹੈ ਐਕਚੁਅਲੀ ਇਹਦੀ ਖਾਸियत ਹੈ ਨਾ ਇੱਕ ਤਾਂ ਸਾਈਜ਼ ਦੀ ਹੈ ਸਾਈਜ਼ ਬੜੇ ਕੰਫਰਟੇਬਲ ਮਿਲ ਜਾਂਦੇ ਨੇ 36 ਤੋਂ ਲੈ ਕੇ ਨਾ 42 ਤੱਕ ਸਾਈਜ਼ ਦੇ ਵਿੱਚ ਬੜੇ ਆਰਾਮ ਨਾਲ ਮਿਲ ਜਾਂਦਾ ਆਪਣੇ ਕੋ ਆ ਦੇਖੋ ਪਹਿਲੇ ਪਿਓਰ ਕਲੇਬ ਦੇ ਇਸ ਤਰ੍ਹਾਂ ਬਾਜ਼ੂ ਬਣੇ ਨੇ ਸਾਰੀ ਡਿਜੀਟਲ ਪ੍ਰਿੰਟਿੰਗ ਹੈਗੀ ਉੱਪਰ ਕੰਟਰਾਸਟ ਇਸ ਤਰ੍ਹਾਂ ਦੇ ਬਾਜ਼ੂ ਦੇ ਬਾਰਡਰ ਬਣੇ ਆ ਵਿਦ ਹਾਈਲਾਈਟ ਕੀਤਾ ਹੈਂਡਵਰਕ ਨਾਲ ਗੋਟਾ ਪੱਟੀ ਹੈ ਜ਼ਰੀ ਹੈ ਸਟੋਨ ਹੈ ਫੁੱਲ ਬਾਜ਼ੂ 올ਓਵਰ ਪ੍ਰਿੰਟਡ ਬੁਟੀ ਆਏਗੀ ਪ੍ਰਿੰਟ ਨੂੰ ਵੀ ਹਾਈਲਾਈਟ ਕੀਤਾ ਹੈ ਸਟੋਨ ਦੇ ਨਾਲ neck ਬਹੁਤ ਸੋਹਣਾ ਬਣਿਆ ਹਲਕਾ ਜਿਹਾ ਕੀ ਉਲ ਸ਼ੋਅ ਹੋਏਗਾ ਇਸ ਤਰ੍ਹਾਂ ਆ ਦੇਖੋ ਨਾ ਹੌਲ ਬਣਿਆ ਥੋੜਾ ਘਟ ਪਰ neck ਬਹੁਤ ਸੋਹਣਾ ਹੈ ਹਾਈਲਾਈਟ ਹੈਗਾ ਇਹ ਵੀ ਜ਼ਰੀ ਪਿੱਟੇ ਨਾਲ ਹਾਈਲਾਈਟ ਕੀਤਾ ਹੈ ਇਹਨੂੰ ਵੀ ਔਰ ਘੇਰਾ ਬਹੁਤ ਸੋਹਣਾ ਬਣਿਆ ਚੋਕਾ ਦਾ ਇਸ ਤਰ੍ਹਾਂ ਪ੍ਰਿੰਟ ਬਾਰਡਰ ਆਏਗਾ ਹਾਈਲਾਈਟ ਵਾਲਾ نیچے ਸਕੈਲਪਿੰਗ ਦਾ ਘੇਰਾ ਆਏਗਾ ਛੜ ਦਾ ਔਰ ਦੇਖੋ ਨਾਲ ਗਰਾਰਾ ਸੁਪਰ ਡੂਪਰ ਇੱਕ ਕਾਨੂੰ ਦਾ ਸੈਲੀਬ੍ਰਿਟੀ ਸਟਾਈਲ ਵਾਲੇ ਜਿਹੜੇ ਕਨਸੈਪਟ ਨੇ ਨਾ ਕੈਟਲੌਗ ਦੇ ਡਿਜ਼ਾਈਨ ਨੇ ਆ ਉਸਮ ਲੁੱਕ ਵਾਲੇ ਕਨਸੈਪਟ ਨੇ ਅਗਰ ਵਰਕ ਤੋਂ اٹਕੇ ਪਾਣਾ ਨਾ ਇਹ ਉਹ ਵਾਲੇ ਕਨਸੈਪਟ ਹੈਗੇ ਨੇ ਬਲੈਕ ਦੇ ਉੱਪਰ ਨਾ ਸਾਰਾ ਮਲਟੀ ਕਲਰ ਇਸ ਤਰ੍ਹਾਂ ਪੂਰੇ ਗਰਾਰੇ ਤੇ ਵਰਕ ਕੀਤਾ ਹੈ ਦੇਖੋ ਇਹਦਾ ਸ਼ਰਟ ਵਾਲਾ ਬਾਰਡਰੀ ਬਣਿਆ ਸਕੈਲਪਿੰਗ ਦੇ ਵਿੱਚ ਇਸ ਤਰ੍ਹਾਂ ਹੀ ਮੋਟਿਫ ਆਣ ਗਏ ਪੀਕੋਕ ਆਣ ਗਏ ਔਰ ਸਾਰਾ ਹਾਈਲਾਈਟਡ ਹੈਗਾ ਹੈਂਡਵਰਕ ਦੇ ਨਾਲ ਗਰਾਰਾ ਬਣਿਆ ਬਹੁਤ ਸੋਹਣਾ ਮੀਡੀਅਮ ਲੈਂਥ ਸ਼ਰਟ ਹੈਗੀ ਪਿਓਰ ਕ੍ਰੇਪ ਦੀ ਪਿਓਰ ਕ੍ਰੇਪ ਦੇ ਗਰਾਰਾ ਉਦਾਂ ਹੀ ਪ੍ਰਿੰਟ ਲੁੱਕ ਦੇ ਵਿੱਚ ਗਰਾਰਾ ਬਣਿਆ ਉਸਮ ਕਾ ਬਾਤ ਹੈ ਬਲੈਕ ਦੇ ਉੱਪਰ ਮਲਟੀ ਕਲਰ ਪਰ ਇੰਗਲਿਸ਼ ਕਲਰ ਨੇ ਸਾਰੇ ਯੂਜ਼ ਕੀਤੇ ਕੋਈ ਓਵਰ ਬ੍ਰਾਈਟ ਨਹੀਂ ਹੈ ਕਲਰਫੁਲ ਹੈ ਪਰ ਡਿਫਰੈਂਟ ਹੈਗਾ ਆ ਦੇਖੋ ਦੁਪੱਟਾ ਦੇਖਣਾ ਇਹਦੀ ਖਾਸियत ਇਹੀ ਹੈ ਕਿ ਦੁਪੱਟੇ ਦੀ ਦੁਪੱਟੇ ਦੇਖੋ ਔਰਡਨੀ ਸਟਾਈਲ ਦਾ ਦੁਪੱਟੇ ਨੇ ਕਟਵਰਕ ਸਕੇਲਪਿੰਗ ਬਾਰਡਰ ਫੋਰ ਸਾਈਡ ਬਾਰਡਰ ਹੈ ਵਿਦ ਵਰਕ ਆਏਗਾ ਹੈਂਡ ਦਾ ਔਰ ਇਸ ਤਰ੍ਹਾਂ ਇਹਨਾਂ ਲਾਈਨਾਂ ਦੇ ਵਿੱਚ ਸਟਾਈਲਸ ਪ੍ਰਿੰਟਿੰਗ ਆਏਗੀ ਬਲੈਕ ਇੰਟੂ ਗ੍ਰੇ ਮਾਊਸ ਪਿੰਕ ਮਰੂਨ ਇਦਾਂ ਦਾ ਕੰਬੀਨੇਸ਼ਨ ਸਾਰੇ ਯੂਜ਼ ਕੀਤੇ ਨੇ ਔਰਡਨੀ ਸਟਾਈਲ ਦਾ ਦੁਪੱਟਾ ਹੈ ਸੁਪਰ ਆਰਟੀਕਲ ਹੈ ਆਈਟਮ ਨੰਬਰ ਜਿਹੜੀ ਹੈਗੀ ਅੱਜ ਦੀ ਸਟੇਟ ਸ਼ਰਟ ਨਾਲ ਗਰਾਰਾ ਜੀ ਰੇਟ ਆਏਗਾ 23110 ਤੇ ਆਈਟਮ ਨੰਬਰ ਹੈਗੀ 4 ਕੀ ਬਾਤ ਹੈ ਕਲਰ ਦੇਖੋ ਜੀ ਮਸਟਰਡ 골ਡ येलो येलो मस्टर्ड सुपर ਸੇਮ ਲਹंगा ਵੀ ਆਇਆ ਮੇਰੇ ਕੋਲ ਇਸੇ ਕਨਸੈਪਟ ਦੇ ਵਿੱਚ ਜਿੱਦਾਂ ਪ੍ਰਿੰਟਡ ਹੈ ਨਾ ਇਹ ਵੀ ਮੀਡੀਅਮ ਲੈਂਥ ਦੀ ਸ਼ਰਟ ਆਏਗੀ ਕੁੜਤਾ ਪੱਟੀ ਨੈਕ ਸਟਾਈਲ ਬਣਿਆ ਹਾਈਲਾਈਟਡ ਆਏਗਾ ਹੈਂਡਵਰਕ ਦੇ ਨਾਲ ਆਣਗੇ ਦੇ 슬ੀਵਸ ਕੰਟਰਾਸਟ ਇਸ ਤਰ੍ਹਾਂ ਮਲਟੀ ਕਲਰਸ ਬોર્ਡਰਸ ਹੋਣਗੇ ਵਿੱਚ ਨਾਲ ਹਾਈਲਾਈਟਡ ਹੈਗਾ ਹੈਂਡਪ੍ਰਿੰਟ ਨਾਲ ਲੇਸਿਸ ਫਾਈਨ ਲੱਗੀ ਹੋਈਆਂ ਨੇ ਫੈਬਰਿਕ ਪਿਓਰ ਕ੍ਰੇਪ ਹੈ ਵਿਦ ਬੂਟੀ ਆਏਗੀ ਜੀ ਠੀਕ ਹੈ ਜੀ ਇਹ ਆਏਗਾ ਇਹਦਾ ਨੈਕ ਬੋਟ ਨੈਕ ਆਏਗਾ ਫਰੰਟ ਐਂਡ ਬੈਕ ਇਹਦੇ ਨੈਕ ਵੀ ਬਹੁਤ ਸੋਹਣਾ ਕੰਟਰਾਸਟ ਮੈਰੂਨ ਦੇ ਨਾਲ ਨਾ ਬੜੇ ਅੱਛੇ ਲੁੱਕ ਆ ਰਹੀ ਹੈ ਕਲਰ ਕੰਬੀਨੇਸ਼ਨ ਬਹੁਤ ਯੂਨੀਕ ਹੈ ਇਸ ਤਰ੍ਹਾਂ ਹੀ ਇਹਦਾ ਕੇਰਾ ਸਜਾਇਆ ਹੋਇਆ ਹੈ ਸਾਰਾ ਕਲਰਫੁਲ ਆ ਦੇਖੋ ਨਾ ਜਿਸ ਤਰ੍ਹਾਂ ਕਿ ਜਾਗੋ ਹੈ ਜਾਂ ਆਪਣਾ ਮਹਿੰਦੀ ਹੈ ਹਲਦੀ ਹੈ ਕਿੱਥੇ ਵੀ ਮੇਰ ਕਰ ਲੋ ਇਹ ਸੁਪਰ ਆਰਟੀਕਲ ਨੇ ਜੀ ਇਹ ਧਮ ਪਾਉਣ ਵਾਲੇ ਕਨਸੈਪਟ ਨਹੀਂ ਹੈ ਫੇਰ ਹੋਣਗੇ ਕਿਹੜਾ ਬਹੁਤ ਸੋਹਣਾ ਬਣਿਆ ਇਦਾਂ ਹੀ ਸਾਰਾ ਹੈਂਡਵਰਕ ਕੀਤਾ ਹੈ ਕੇਰੇ ਤੇ ਵੀ ਠੀਕ ਹੈ ਜੀ ਨਾ ਲਾਏਗਾ ਗਰਾਰਾ ਪਾਕਿਸਤਾਨੀ ਆ ਦੇਖੋ ਫੁੱਲ ਫਲੇਅਰ ਵਾਲਾ ਉੱਪਰੋਂ ਫਿਟਿੰਗ ਆਏਗੀ ਜੀ ਨੀਚੋਂ ਆਏਗਾ ਫੁੱਲ ਫਲੇਅਰ ਵਿਦ ਡਿਜੀਟਲ ਪੇਂਟਿੰਗ ਹੈ ਪਿਓਰ ਕريب ਦੇ ਉੱਪਰ ਤੇ ਹੈਂਡਵਰਕ ਦੀ ਸਾਰੀ ਆਊਟਲਾਈਨਿੰਗ ਮਿਲੇਗੀ ਗੋਟਾ ਪੱਟੀ ਜ਼ਰੀ ਔਰ ਸਟੋਨ ਦੇ ਨਾਲ ਫੁੱਲ ਫਲੇਅਰ ਦਾ ਗਰਾਰਾ ਸੁਪਰ ਹੈ ਜੀ ਇਹ ਚੀਜ਼ਾਂ ਡਿਫਰੈਂਟ ਨੇ ਜੀ ਸੋਚ ਤੋਂ ਪਰੇ ਆਈਟਮ ਹਨ ਇਹ ਆ ਬੈਗ ਦੇਖੋ ਬੈਗ ਬੂਟੀ ਪ੍ਰਿੰਟਡ ਬੈਕ ਸ਼ਰਟ ਦਾ ਬਾਰਡਰ ਵੀ ਬਣਿਆ ਔਰ ਇਹਦਾ ਦੁਪੱਟਾ ਦਿਖਾਵਾਂਗਾ ਤੁਸੀਂ ਕਹੋਗੇ ਵਾਹ ਬਈ ਵਾਹ ਕੀ ਬਾਤ ਹੈ ਦੁਪੱਟਾ ਤਾਂ ਅਲਟੀਮੇਟ ਹੈ ਜੀ ਖੋਲੋ ਦੁਪੱਟਾ ਬੇਟੇ yellow mustard ਸੁਪਰ ਆਰਟੀਕਲ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਇਹ ਵਰਕ ਤਾਂ ਔਟਕੇ ਡਿਜ਼ਾਈਨਰ ਨੇ ਜੀ ਇਹ ਕੁਝ ਅਲੱਗ ਵੇਅਰ ਕਰੋਗੇ ਜੀ ਕਨਸੈਪਟ ਓਵਲ ਨੇ ਪਿਓਰ ਕ੍ਰੇਫ ਫੈਬਰਿਕ ਔਰ ਨੇ ਸਟਾਈਲ ਦੁਪੱਟੇ ਪ੍ਰੋਪਰ ਬ੍ਰਾਈਟਸ ਕਲਰਸ ਨੇ ਸਾਰੇ ਮਲਟੀ ਕਲਰ ਹੈ ਵਿਦ ਹੈਂਡਵਰਕ ਹੈ ਸਾਰਾ ਲਾਈਟ weight ਪਲੱਸ ਡਿਜ਼ਾਈਨਰ ਆਈਟਮ ਨੰਬਰ ਹੈਗੀ ਆ 5 ਹੈ ਜੀ ਇਹਦੀ ਤੇ ਰੇਟ ਆਇਆ ਕਿ ਜੀ 21460 ਲੋ ਜੀ ਕੋਰਲ ਰੈਡ ਪਿਓਰ ਸਿਲਕ ਦਾ ਕਨਸੈਪਟ ਆ ਗਿਆ ਲੌਂਗ ਪਾਕਿਸਤਾਨੀ ਸ਼ਰਟ ਦੇ ਨਾਲ ਪਿਓਰ ਸਿਲਕ ਦੀ ਇਹਦੀ ਸ਼ਰਟ ਆਇਗੀ ਵਿਦ ਦਬਕਾ ਰੈਂਡਸ ਦਾ ਕੰਮ ਹੈ ਬਾਜੂਏ ਦੇ ਬਣੇ ਹੋਏ ਫੁੱਲ ਬਾਜੂ ਤੇ ਵੀ ਸੇਮ ਬਾਰਡਰ ਬੇਲਾਂ ਬਣੀਆਂ ਹੋਏ ਨੇ ਬੂਟੀਆਂ ਬਣੀਆਂ ਹੋਏ ਨੇ ਬੜੀ ਅੱਛੀ ਫਿਨਿਸ਼ਿੰਗ ਹੈ ਕੰਮ ਦੀ ਫੁੱਲ ਬਾਜੂ ਆਗੇ ਸਿਲਕ ਦੇ ਇਹਦਾ ਵੀ ਹਾਈ ਨੈਕ ਬੋਟ ਨੈਕ ਬਣਿਆ ਵਿਦ ਪਲ ਦਾ ਕੰਮ ਹੈ ਨ ਦਬਕੇ ਡੋਰੀ ਦੇ ਵਿੱਚ ਸਿਲਿਆ ਪੂਰਾ ਝਾਲ ਆਏਗਾ ਝਾਲ ਵੀ ਨਾ ਤੁਹਾਨੂੰ ਰੈਗੂਲਰ ਕੋਈ ਨਹੀਂ ਮਿਲੇਗਾ ਸਾਡੇ ਕੋਲ ਡਿਜ਼ਾਈਨਰ ਐਂਟੀਕ ਲੁੱਕ ਦੇ ਝਾਲ ਨੇ ਆ ਦੇਖੋ ਨਾ ਕੰਮ ਕਿੰਨਾ ਸੋਹਣਾ ਨੀਡ ਐਂਡ ਕਲੀਨ ਵਰਕ ਹੈ ਕਟ ਵਰਕ ਇਹਦਾ ਘੇਰਾ ਬਣਿਆ ਛੜਦਾ ਫਾਈਨ ਵਰਕ ਹੈ ਬਹੁਤ ਨਾਲ ਜਾਰਜਟ ਦਾ ਪਲਾਜ਼ੋ ਗਰਾਰ ਆਏਗਾ ਸੌਰੀ ਸ਼ਰਾਰਾ ਕਰਾਰਾ ਆਏਗਾ ਜੋੜੇਡ ਦਾ ਸਿੰਪਲ ਇਸ ਤਰ੍ਹਾਂ ਹੀ ਪਲੇਟਸ ਲੁੱਕ ਦੇ ਵਿੱਚ ਆਏਗਾ ਪਲੇਨ ਇਹਦਾ ਕਰਾਰਾ ਆ ਗਿਆ ਬਹਿ ਕੇ ਦੇ ਸਿੰਪਲ ਹੈ ਬਿਲਕੁਲ ਲਾਈਟ ਵੇਟ ਦਾ ਡਿਜ਼ਾਈਨਰ ਦਾ ਗਰਲਿਸ਼ ਲੁੱਕ ਦਾ ਕਲਰ ਬ੍ਰਾਈਟ ਹੈ ਸੋਬਰ ਹੈ ਜੈਂਟਲੀ ਹੈ ਵਿਦ ਹੈਂਡਵਰਕ ਹੈ ਮਤਲਬ ਕਿ ਯੂਜ਼ ਥਰੂ ਹੈ ਕਿ ਯੂਜ਼ ਹੋਣ ਵਾਲੀ ਆਈਟਮਾਂ ਨੇ ਮਤਲਬ ਜਿੱਦਾਂ ਮਰਜ਼ੀ ਪਾ ਲਓ ਕਲਰ ਅੱਛਾ ਹੈਗਾ ਕੋਲਰ ਰੈੱਡ ਤੇ ਨਾਲ ਦੁਪੱਟਾ ਆਏਗਾ ਸ਼ਿਫੋਨ ਦਾ ਦੁਪੱਟਾ ਆਏਗਾ ਜੀ ਆ ਗਿਆ ਦਾ ਦੁਪੱਟਾ ਸਿੰਪਲ ਸੋਬਰ ਐਲੀਗੈਂਟ ਸਕੈਲਪਿੰਗ ਦੁਪੱਟਾ ਆਏਗਾ ਪ्योर ਸ਼ਿਫੋਨ ਦਾ ਕਟਲਾਣੇ ਦਾ ਬਾਰਡਰ ਹੈ ਵਿਦ ਬੂਟੀ ਆਏਗੀ ਜ ਕੋਡ ਰੈੱਡ ਸਿੰਗਲ ਸਟੇਟ ਸ਼ਰਟ ਵਿਦ ਗਰਾਰਾ ਆਈਟਮ ਨੰਬਰ ਆਏਗੀ 6 ਤੇ ਰੇਟ ਆਏਗਾ ਜੀ 11450 ਲੋ ਜੀ ਸਕਰਟ ਵਿਦ ਪੈਪਲਮ ਸੁਪਰ ਕੀ ਬਾਤ ਹੈ ਇਹ ਹੈਗਾ ਐਕਚੁਅਲੀ ਕੈਟਲੌਗ ਦਾ ਕੰਦ ਡਿਜ਼ਾਈਨ ਜਿਹੜਾ ਦੇਖ ਨਾ ਲਾਚ ਐਡਰੈਸ ਬਣੀ ਹੈ ਪਰ ਪੈਪਲਮ ਸਟਾਈਲ ਸ਼ਾਰਟ ਪੈਪਲਮ ਟੰਮੀ ਕਵਰ ਨਾਲ ਲਹਿੰਗਾ ਆਏਗਾ ਸਕਰਟ ਟਾਈਪ ਨਾ ਕਲਰ ਹੈਗਾ ਨੇਵੀ ਬਲੂ ਪਹਿਲੇ ਕੰਮ ਦਿਖਾਣਾ ਤੁਹਾਨੂੰ ਬਾਜ਼ੂ ਨਾਲ ਹੈਗੇ ਨੇ ਜਿੰਨੇ ਕਹੋਗੇ ਸਲੀਵਸ ਵੀ ਐਡ ਹੋ ਜਾਣਗੇ ਫੁੱਲ ਆਊਟ ਹੈ ਹਾਫ ਪੋਟਲੀ ਬਟਨਸ ਹਨ ਕਿ neck ਦੇ ਉੱਪਰ V neck ਬਣਿਆ ਪੋਟਲੀ ਬਟਨ ਸਾਰਾ ਥ੍ਰੈਡ ਦਾ ਕੰਮ ਹੈ ਐਂਟੀਕ ਥ੍ਰੈਡ ਥ੍ਰੈਡਰੋਂ ਵੀ ਹਾਈਲਾਈਟ ਕੀਤਾ ਹੈਂਡ ਦੇ ਨਾਲ ਸੀਕਵੈਂਸ ਦੇ ਨਾਲ ਕਟਦਾਨੇ ਦੇ ਨਾਲ ਬੜਾ ਸੋਹਣਾ ਕੰਮ ਕੀਤਾ ਹੈ ਸੱਬੇ ਸੱਚੇ ਦਾ ਜੋਕ ਬਣਿਆ V neck ਦੇ ਵਿੱਚ ਇੱਥੋਂ ਹੀ ਕੱਲੀਏ ਸਟਾਰਟ ਹੋ ਜਾਣਗੇ ਸਾਰੀਆਂ ਰੇਸ਼ਮ ਦੀਆਂ ਨਾ ਆ ਲੋ ਕੰਮ ਦੇ ਲੋਖੋ ਸ਼ਾਰਟ ਪੈਲਮ ਨਾਲ ਸਕਰਟ ਹੈ ਨਾ ਸਿੰਗਲ ਕਨਗਨ ਦੇ ਨਾਲ ਆਏਗੀ ਜੋਰਜਟ ਦੀ ਸਕਰਟ ਹੈ ਤੇ ਉੱਪਰ ਬੋਟੀ ਬਣੀ ਹੋਈ ਹੈ ਸੈਲਫ ਦੇ ਵਿੱਚ ਸਾਰੀ ਸੈਲਮਾਂਚਿੰਗ ਬੋਟੀ ਹੈ ਹਲਕੀ ਕੈਨ ਐਡ ਕੀਤੀ ਹੈ ਫਲੇਅਰ ਲਈ ਪਰ ਬਹੁਤ ਰਾਇਲ ਲੱਗਦਾ ਹੈ ਕਿਉਂਕਿ ਇਹ ম্যাਟ ਫਿਨਿਸ਼ ਲੁੱਕ ਦਾ ਇੱਕ ਕਨਸੈਪਟ ਹੈ ਕੋਈ ਸ਼ਾਈਨਿੰਗ ਨਹੀਂ ਹੈ ਥ੍ਰੈਡ ਦਾ ਸਾਰਾ ਕੰਮ ਹੈ ਫਰੰਟ ਐਂਡ ਬੈਕ ਤੋਂ ਬੈਕ ਵੀ ਬਹੁਤ ਸੋਹਣੀ ਬਣੀ ਹੈ ਤੁਹਾਡੀ ਡੀਪ ਆਏਗੀ ਪਰ ਕਵਰ ਕਰ ਸਕਦੇ ਆ ਬੈਕ ਤੇ ਵੀ ਸੇਮ ਵਰਕ ਹੈ ਲੁੱਕ ਅੱਛੀ ਹੈ ਲੁੱਕ ਹੈਵੀ ਪਰ ਲਾਈਟ ਵੇਟ ਲਾਲ ਜੋਰਜਟ ਦਾ ਹੀ ਦੁਪੱਟਾ ਦੇਾਂਗੇ ਕਲਰ ਹੈਗਾ ਨੇਵੀ ਬਲੂ ਔਰ ਪਿਓਰ ਜੋਰਜਟ ਤੇ ਡਰੈੱਸ ਬਣੀ ਹੋਈ ਹੈ ਜੀ ਆ ਦੇਖੋ ਦੁਪੱਟਾ ਕਿੰਨਾ ਸ਼ਾਨਦਾਰ ਹੈ ਵਿਦ ਫੋਰ ਸਾਈਡ ਬਾਰਡਰ ਆਏਗਾ ਤੇ ਟਸਲ ਜਾਂਗੇ ਦੁਪੱਟੇ ਤੇ 올 ਓਵਰ ਬੂਟੀ ਵੀ ਹੈਗੀ ਇਹ ਚਾਰੇ ਪਾਸੇ ਬਾਰਡਰ ਵੀ ਬਨੇ ਆ ਹੈ ਤੇ ਟਸਲਸ ਆਣਗੇ ਅੱਛੇ ਫਾਈਨ ਥ੍ਰੈਡ ਦੇ ਟਸਲ ਲੱਗੇ ਹੋਏ ਨੇ ਰੇਸ਼ਮ ਦੇ ਟਸਲਸ ਆਣਗੇ ਸ਼ਾਰਟ ਪੈਪਲਮ ਦੇ ਨਾਲ ਹੈਗੀ ਸਕਰਟ ਵਿਦ ਦੁਪੱਟਾ ਲੋ ਜੀ ਆਈਟਮ ਨੰਬਰ ਹੈਗੀ ਅੱਜ ਦੀ 7 ਨੰਬਰ ਆਈਟਮ ਹੈ ਜੀ ਤੇ ਰੇਟ ਆਏਗਾ ਜੀ 18900 ਲਓ ਕੀ ਬਾਤ ਹੈ ਗਰਲਿਸ਼ ਲੁੱਕ ਦਾ ਪਿੰਟਡ ਲਹਿੰਗਾ ਸਿੰਪਲ ਸੋਬਰ ਕਲਰਫੁਲ ਹਲਦੀ ਮਹਿੰਦੀ ਜਾਗੋ ਜਿੱਥੇ ਮਰਜੀ ਵੇਅਰ ਕਰੋ ਜੀ ਓਕੇ ਰਿਪੋਰਟ ਹੈਗੀ ਇਹ ਪੀਸ ਦੀ ਫੁੱਲ ਬਾਜ਼ੂ ਆਣ ਗਿਆ ਐਦਾਂ ਹੀ ਬੀਡਸ ਲੱਗੇ ਨੇ ਪਰਲ ਲੰਬੇ ਲੰਬੇ ਨਾਲ ਜਿਸ ਤਰ੍ਹਾਂ ਆ ਦੇਖੋ ਨਾ ਪਰ ਲਾਣਗੇ ਬਾਜ਼ੂ ਤੇ ਫਿਰ ਸਾਰੀ ਡਿਜੀਟਲ ਪ੍ਰਿੰਟਿੰਗ ਹੈਗੀ ਕਲਰਫੁਲ ਹਾਈਲਾਈਟਡ ਹੈਗਾ ਸਟੋਨ ਦੇ ਨਾਲ ਵੀ ਨੈਕ ਆਏਗਾ ਇਹਦਾ ਵੀ ਆ ਦੇਖੋ ਨੈਕ ਕਿੰਨਾ ਸ਼ਾਨਦਾਰ ਬਣਿਆ ਵੀ ਨੈਕ ਬਣਿਆ ਪਰ ਸਾਰਾ ਸਟੋਨ ਐਂ ਜ਼ਰਕੰਦੇ ਨਾਲ ਸਿਲਿਆ ਹੋਇਆ ਵਿਦ ਮਿਰਰ ਆਏਗਾ ਕਿ ਇਹ ਨਾਲ ਆਪਣਾ ਵੇਸਟ ਤੇ ਵੀ ਇਸ ਤਰ੍ਹਾਂ ਹੀ ਲਟਕਣ ਲੱਗੇ ਨੇ ਪਰਲ ਵਾਲੇ ਲੈਸੀ ਜਾਏਗੀ ਵੀ ਸ਼ੇਪ ਦੇ ਵਿੱਚ ਇਹਦੀ ਵੇਸਟ ਆਏਗੀ ਪਰ ਪ੍ਰਿੰਟ ਨੂੰ ਹਾਈਲਾਈਟਡ ਹੈਗਾ ਕਿਉਂਕਿ ਇਹ ਪ੍ਰਿੰਟਡ ਹੈ ਨਾ ਲਾਈਟ weight ਨੇ ਗਰਲਿਸ਼ ਨੇ ਨਾਲੇ ਦਾ ਲਹਿੰਗਾ ਜਿਹੜਾ ਆਏਗਾ ਡਬਲ ਕੈਨ ਕੈਨ ਦੇ ਵਿੱਚ ਹੈ ਇਦਾਂ ਹੀ ਪਲੇਟਸ ਵਾਲਾ ਲਹਿੰਗਾ ਆਏਗਾ ਸਾਰੇ ਪ੍ਰਿੰਟਿੰਗ ਹੈ 컬러ਫੁਲ ਪ੍ਰਿੰਟਿੰਗ ਹੈ ਨੀਚੇ ਬਾਰਡਰ ਵੀ ਤੁਹਾਨੂੰ ਕਲਰਫੁਲੀ ਮਿਲੇਗਾ ਆ ਦੇਖੋ ਸਾਰਾ ਬਾਰਡਰ ਹੈ ਨਾ ਲਹਿੰਗੇ ਦਾ ਫੁੱਲ ਫਲੇਅਰ ਬਾਰਡਰ ਹੈ ਡਬਲ ਕੈਨ ਕੈਨ ਵਾਲਾ ਕਨਸੈਪਟ ਹੈ ਫੁੱਲ ਫਲੇਅਰ ਲਹਿੰਗਾ ਆਏਗਾ ਫੁੱਲ ਬਾਜ਼ੂ ਹੈ ਤੇ ਟਮੀ ਕਵਰ ਇਹਦਾ ਬਲਾਊਜ਼ ਬਣਿਆ ਹੋਇ ਤੇ ਸਾਈਡ ਜਿਹੜਾ ਆਏਗਾ 44 ਤੱਕ ਵੀ ਮਿਲ ਜੇਗਾ ਸਾਈ ਤੁਹਾਨੂੰ ਐ ਆਹ ਇਹਦੀ ਬੈਕ ਹੈ ਕੀ ਆ ਬੈਕ ਵੀ ਕਵਰਡ ਹੈ ਸਾਰੀ ਤਮੀ ਕਵਰੇ ਦਾ ਬਲਾਊਜ਼ ਹੈ ਹਾਈਲਾਈਟਡ ਲਹਿੰਗਾ ਆਏਗਾ ਪ੍ਰਿੰਟਡ ਪਿਓਰ ਕ੍ਰੇਪ ਦਾ ਲਹਿੰਗਾ ਜੀ ਇਹ ਸੁਪਰ ਕਿਆ ਬਾਤ ਆ 컬러ਫੁਲ ਪਲੱਸ ਡਿਜ਼ਾਈਨਰ ਤੇ ਲਾਈਟ ਵੇਟ ਵੀ ਹੈ ਔਰ ਡਿਫਰੈਂਟ ਵੀ ਹੈ ਆ ਗਿਆ ਦਾ ਦੁਪੱਟਾ 4 ਸਾਈਡ ਪ੍ਰਿੰਟਡ ਬਾਰਡਰ ਮਿਲੇਗਾ ਨੈਟ ਦੁਪੱਟੇ ਤੇ ਬੜੀ ਅੱਛੀ ਫਿਨਿਸ਼ਿੰਗ ਹੈਗੀ ਹੈ ਦੁਪੱਟੇ ਦੀ ਨਾ ਪਲ ਦੀ ਲੇਸ ਲੱਗੀ ਹੈ ਸੇਮ yellow ਕਲਰ ਦਾ ਇਹ ਦੁਪੱਟਾ ਆਇਆ ਦਾ ਚਾਹੇ ਇਹਨੂੰ ਸਿੰਗਲ ਪੀਸ ਬਣਾਓ ਚਾਹੇ ਟੂ ਪੀਸ ਬਣਾਓ ਤੁਹਾਡੀ ਆਈਟਮ ਨੰਬਰ ਜਿਹੜੀ ਹੈਗੀ ਅੱਜ ਦੀ 8 ਨੰਬਰ ਆਈਟਮ ਆਈਗੀ ਜੀ 2 ਪੀਸ ਲਹਿੰਗਾ ਚੋਲੀ ਦੀ ਤੇ ਰੇਟ ਆਏਗਾ 13350 ਲੋ ਜੀ ਹੈਲਦੀ ਮੈਨ ਦੀ ਸਪੈਸ਼ਲ ਆ ਗਿਆ 컬러ਫੁਲ ਡਿਫਰੈਂਟ ਕਲੀਆਂ ਵਾਲਾ ਕਨਸੈਪਟ ਪੂਰਾ ਹੈਵੀ ਬਲਾਊਜ਼ ਗਰਲਿਸ਼ ਪਲਸ ਡਿਜ਼ਾਈਨਰ ਬਲਾਊਜ਼ ਦੇ ਕਨਸੈਪਟ ਹੈਗਾ ਦੇਖੋ ਗ੍ਰੀਨ ਕਲਰ ਦਾ ਇਹਦਾ ਬਲਾਊਜ਼ ਆਏਗਾ ਸਿਲਕ ਦਾ ਬਲਾਊਜ਼ ਹੈ ਔਰ ਉੱਪਰ ਕੰਮ ਦੇਖੋ ਸਾਰਾ ਨੀਡ ਹੈ ਬੇਸ ਨਹੀਂ ਨਜ਼ਰ ਆ ਰਿਹਾ ਇੰਨਾ ਸੋਨਾ ਕੰਮ ਕੀਤਾ ਇਹਦੇ ਉੱਪਰ ਇਸ ਤਰ੍ਹਾਂ ਨਾ ਸਟੈਪ ਹੈਗਾ ਬ੍ਰੌਡ ਸਟੈਪ ਹੈ ਇੱਕ ਸਾਈਡ ਸਟ੍ਰਿਪਸ ਆਏਗੀ ਪਰ ਇਹਨੂੰ ਆਪਾਂ ਬ੍ਰੌਡ ਕਰਕੇ ਨਾ 슬ੀਵਸ ਵੀ ਐਡ ਕਰ ਸਕਦੇ ਆ ਪੂਰਾ ਮਿਰਰ ਵਰਕ ਹੈ ਐਂਟੀਕ ਡੋਰੀ ਗੋਟਾ ਪੱਟੀ ਮਿਰਰ ਦਾ ਕੰਮ ਕੀਤਾ ਸਾਰਾ ਪੂਰੇ ਬਲਾਊਜ਼ ਦੇ ਉੱਪਰ ਡਿਜ਼ਾਈਨਰ ਬਲਾਊਜ਼ ਹੈ ਬੈਲਟ ਵੀ ਬਹੁਤ ਸੋਹਣੀ ਬਣੀ ਹੈ ਲਹਿੰਗੇ ਦੀ ਤੇ ਕਲਰਫੁੱਲ ਕਲੀਆਂ ਪਿਓਰ ਜੋੜੜ ਦੀਆਂ ਆ ਦੇਖੋ ਨਾ ਕਲਰ ਦੇਖੋ ਲਾਈਮ ਗ੍ਰੀਨ ਡਸਟੀ ਗ੍ਰੀਨ ਪਿੰਕ ਲਾਈਮ ਗ੍ਰੀਨ ਇਦਾਂ ਦਾ ਕਲਰਫੁੱਲ ਲਹਿੰਗਾ ਹੈਗਾ ਹਲਕਾ ਹਲਕੇ ਗੋਟੇ ਦੀ ਨਾ ਲਾਈਨਸ ਮਿਲੇਗੀ ਲਹਿੰਗੇ ਦੇ ਵਿੱਚ ਨੀਚੇ ਇਸ ਤਰੀ ਰਫਲ ਲੁੱਕ ਆਏਗੀ ਆ ਦੇਖੋ ਨਾ ਕਲੀਆਂ ਵਾਲਾ ਕਨਸੈਪਟ ਸੁਪਰ ਲਹਿੰਗਾ ਬੈਕ ਕਿੰਨੀ ਸ਼ਾਨਦਾਰ ਬਣੀ ਹੈ ਦੇਖੋ ਬੈਕ ਵੀ ਇਦਾਂ ਹੀ ਡਿਜ਼ਾਈਨਰ ਆਏਗੀ ਪ੍ਰੋਪਰ ਗਰਨਿਸ਼ ਲਹਿੰਗਾ ਜੀ ਚੋਕਰ ਦੁਪੱਟੇ ਦੇ ਨਾਲ ਨੈਟ ਦਾ ਦੁਪੱਟਾ ਆਏਗਾ ਆਪਣਾ ਲਾਈਮ ਗ੍ਰੀਨ ਕਲਰ ਦਾ ਹੀ ਪਰ ਚੋਕਰ ਦੁਪੱਟਾ ਆਏਗਾ ਨਾਲ ਗਰਨਿਸ਼ ਲਹਿੰਗਾ ਹੈ ਨਾ ਲਾਈਟ weight ਹੈ ਜਿਹਦਾ ਲਹਿੰਗਾ ਪਲੇਨ ਬਲਾਊਜ਼ ਹੈਵੀ ਵਿਦ ਚੋਕਰ ਦੁਪੱਟਾ ਪਿਓਰ ਜੋਜੜ ਫੈਬਰਿਕ ਹੈ ਜੀ ਸਿਲਕ ਦਾ ਬਲਾਊਜ਼ ਆਏਗਾ ਇਹਦਾ ਲੋ ਜੀ ਲਹਿੰਗਾ ਚੋਲੀ ਦੀ ਆਈਟਮ ਨੰਬਰ ਹੈ ਇਹਦੀ ਹੈ 9 ਨੰਬਰ ਆਈਟਮ ਹੈ ਤੇ ਰੇਟ ਦੇਖ ਲਓ ਕੁਝ ਵੀ ਨਹੀਂ ਹੈਗਾ ਰੈਡੀ ਟੂ ਵੇਅਰ 16000 ਵੀ ਓਨਲੀ ਜੀ ਲੋ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਸ਼ਾਰਟ ਪੈਪਲਾ ਦੇ ਨਾਲ ਆ ਗਿਆ ਲਹंगा ਹਾਈ ਲੋ ਵਾਲਾ ਪਿਓਰ ਚਨਨ ਫੈਬਰਿਕ ਕਲਰ ਆਇਗਾ ਇੰਗਲਿਸ਼ ਬਲੂ ਮਿਡ ਨਾਈਟ ਬਲੂ ਜਿਹਨੂੰ ਕਹਿੰਦੇ ਹਨ ਨਾ ਪਿਓਰ ਚਨਨ ਫੈਬਰਿਕ ਹੈ ਬਾਜ਼ੂ ਦੇਖਣਾ ਹਲਕੇ ਜਿਵੇਂ ਮੂਰੋ ਬੈਲ ਸ਼ੇਪ ਹੋਏਗੀ ਤੇ ਵਿੱਚੋਂ ਪੂਰਾ ਜਾਲ ਬਣਿਆ ਥ੍ਰੈਡ ਪਲਸ ਹੈਂਡ ਦਾ ਕੰਮ ਹੈ ਸਾਰਾ ਜੀ ਸੇਮ ਸੈਲਫ ਵੈਂਚਿੰਗ ਦੇ ਵਿੱਚ ਹੈਗਾ ਸਿਲਵਰ ਐਂਡ ਗੋਲਡ ਮਿਕਸ ਆਏਗਾ ਪੂਰੀ ਬਾਜ਼ੂ ਮੰਨੇ ਨੇ ਵੀ ਇਹਦਾ ਨੈਕ ਆਏਗਾ ਇਸ ਤਰ੍ਹਾਂ ਹੀ ਕੱਟਵਰਕ ਸਟਾਈਲ ਦੇ ਵਿੱਚ ਮਿਰਰ ਦਾ ਕੰਮ ਕੀਤਾ ਪਲ ਦਾ ਕੰਮ ਕੀਤਾ ਸੈਂਟਰ ਉੱਪਰ ਵਾਲੀ ਇਹ ਪੈਪਲਮ ਹੈਗੀ ਹੈ ਪਰ ਪੂਰਾ ਜਾਲ ਹੈਗਾ ਪੈਪਲਮ ਦੇ ਉੱਪਰ ਨਾ ਕੱਟ ਵਰਕੇ ਦਾ نیچے ਇਸ ਤਰ੍ਹਾਂ ਘੇਰਾ ਬਣਿਆ ਐਸਾ ਸੈਂਟਰ ਕਟਾਏਗਾ ਫਰੰਟ ਓਪਨ ਵਾਲਾ ਕਨਸੈਪਟ ਹੈ ਫੁੱਲ ਬਾਜ਼ੂ ਟਮੀ ਕਵਰ ਪੈਪਲਮ ਨਾਲ ਚਨੋਂਨ ਦਾ ਲਹਿੰਗਾ ਆਏਗਾ ਇੰਗਲਿਸ਼ ਬਲੂ ਕਲਰ ਦਾ ਡਬਲ ਲੇਅਰ ਦੇ ਵਿੱਚ ਇਹਦੇ ਉੱਪਰ ਵੀ ਸਾਰਾ ਵਰਕ ਕੀਤਾ ਹੈ ਟੇਕਨ ਸਤਾਰੇ ਵ ਡਬਲ ਲੇਅਰ ਦਾ ਲਹੰਗਾ ਹੈ ਇੱਕ ਸਿੰਗਲ ਕੈਨਵੈਡ ਕੀਤੀ ਆ ਪਪਾ ਫਲੇਅਰ ਵਧਾ ਵੀ ਸਕਦੇ ਜਿੰਨਾ ਮਰਜੀ ਆ ਗਏ ਦੀ ਬੈਕ ਬੈਕ ਹਾਈ ਨੈਕ ਦੇ ਵਿੱਚ ਹੈ ਬੈਕ ਤੇ ਵੀ ਵਰਕ ਔਰ ਬੂਟੀ ਆਏਗੀ ਪਰ ਸੀ ਥਰੂ ਹੈ ਕਵਰ ਕਰ ਸਕਦੇ ਲਾਈਨਿੰਗ ਨਾਲ ਸੇਮ ਬੈਕ ਤੇ ਵੀ ਵਰਕ ਮਿਲੇਗਾ ਤੁਹਾਨੂੰ ਮਤਲਬ ਲੁੱਕ ਹੈ ਵੀ ਨਾ ਵੇਟ ਹੈ ਨਾ ਰੇਟ ਹੈ ਜੀ ਇਹਦਾ ਇੰਡੋ-वेस्टर्न ਸਟਾਈਲ ਦਾ ਇਹ ਪੈਪਲਮ ਦੇ ਨਾਲ ਸਕਰਟ ਆਏਗੀ ਦੁਪੱਟਾ ਲਗਾਓ ਬੇਟਾ ਔਰ ਗੰਜ਼ਾ ਦਾ ਦੁਪੱਟਾ ਵੀ ਨਾਲ ਦੇਾਂਗੇ ਕਲਰ ਤਾਂ ਬਿਊਟੀਫੁਲ ਹੈਗਾ ਔਰ ਬਹੁਤ ਐਲੀਗੈਂਟ ਵਰਕ ਹੈਗਾ ਮਤਲਬ ਕਿ ਲਹੰਗਾ ਵੀ ਡਿਜ਼ਾਈਨਰ ਹੈ ਸਟਿਚਿੰਗ ਆਰਟ ਵਾਲਾ ਇਹ ਲਹ ਆਇਗਾ ਦਾ ਦੁਪੱਟਾ ਗਰਲਿਸ਼ ਲੁੱਕ ਦਾ ਦੁਪੱਟਾ ਪਿਓਰ ਟਿਸ਼ੂ ਰੈਗਨ ਦਾ ਦੁਪੱਟਾ ਨਾਲ ਹਾਈਲਾਈਟਡ ਆਏਗਾ ਸੀਕਵੈਂਸ ਇਹਨਾਂ ਆ ਲੁਕਾਣੀ ਹੈ ਤੰਮੀ ਕਵਰ ਪੈਪਲਮ ਤੇ ਨਾਲ ਸਕਰਟ ਕਲਰ ਆਏਗਾ ਬਲੂ ਆਈਟਮ ਨੰਬਰ 10 ਹੈ ਜੀ ਤੇ ਰੇਟ ਆ ਗਿਆ 12800 ਲੋ ਜੀ ਨੈਕਸਟ ਆਰਟੀਕਲ ਹੈ ਜੀ ਸਿਲਵਰ ਗ੍ਰੇ ਐਂਡ ਸਟੀਲ ਗ੍ਰੇ ਦਾ ਕੰਬੀਨੇਸ਼ਨ ਐਕਚੁਅਲੀ ਜਿਹੜੀ ਇਹ ਪੈਪਲਮ ਹੈ ਨਾ ਬੰਦ ਚੌਕਾਂ ਵਾਲੀ ਪੈਪਲਮ ਹੈ ਕੀ ਹੈ ਤੇ ਨੀਚੇ ਸਕਰਟ ਹੈਗੇ ਡਾਰਕ ਸਟੀਲ ਗ੍ਰੇ ਕਲਰ ਦੀ ਇਹ ਹੈਗਾ ਸਿਲਵਰ ਗ੍ਰੇ ਕਲਰ ਤੇ ਬਾਜ਼ੂਆਂ ਦੇ ਦੇ ਬੈਲ ਪਿਓਰ ਚਨਨ ਫੈਬਰਿਕ ਦੇਖ ਰਹੇ ਹੋ ਤੁਸੀਂ ਥੋੜੀ ਸ਼ਾਈਨਿੰਗ ਹੈ ਨਾ ਪਿਓਰ ਚਨਨ ਫੈਬਰਿਕ ਬੈਲ ਬਾਜ਼ੂ ਬਾਜ਼ੂ ਤੇ ਸਾਰਾ ਥ्रेड ਵਰਕ ਹੈ ਵਿਦ ਸਟੋਨ ਵਰਕ ਹੈ ਇਹ ਵੀ ਬੋਟ ਨੈਕ ਵਾਲਾ ਇੱਕ ਕਨਸੈਪਟ ਹੈ ਪੂਰਾ ਯੋਗ ਤੇ ਜਾਲ ਮਿਲੇਗਾ ਐਕਚੁਅਲੀ ਜਿਹੜਾ ਥ्रेड ਹੈ ਨਾ ਲਾਈਟ ਇਨ ਟੂ ਡਾਰਕ ਹੀ ਲੱਗਿਆ ਜੇਕਰ ਮਤਲਬ ਸੈਲਫ ਹੀ ਨਹੀਂ ਲੱਗਿਆ ਕੰਟਰਾਸਟ ਡਾਰਕ ਗ੍ਰੇ ਵੀ ਲੱਗਿਆ ਹੋਇਆ ਤੇ ਸਾਰਾ ਸਟੋਨ ਨਾਲ ਹਾਈਲਾਈਟਡ ਹੈਗਾ ਮਿਡਲ ਤੇ ਇਸ ਤਰ੍ਹਾਂ ਦੇਖੋ ਜਾਲ ਬਣਿਆ ਬੂਟੀਆਂ ਵਾਲਾ ਪੂਰਾ ਹਾਈਲਾਈਟਡ ਥ्रेड ਦੇ ਨਾਲ ਕੰਮ ਹੈ ਤੇ نیچے ਇਸ ਜਿਹੜੀ ਕਲੀਆਂ ਉਹ ਵੀ ਵਰਕ ਵਾਲੀਆਂ ਨੇ ਪਰ ਉਹ ਸ ਮਤਲਬ ਕਿ ਰਫਲ ਲੁੱਕ ਦੇ ਰਹੀ ਹੈ ਨੀਚੇ ਸਕਰਟ ਆਏਗੀ ਸਿੰਗਲ ਕਲਰ ਦੀ ਸਟਾਰਕ ਸਟੀਲ ਗ੍ਰੇ ਕਲਰ ਦੀ ਇਹਦੀ ਸਕਰਟ ਹੈਗੀ ਵਿਦ ਕੈਂਕਨ ਆलो ਆਗੇ ਦੀ ਬੈਕ ਬੈਕ ਫਰੰਟ ਸੇਮ ਹੈਗੀ ਆ ਮਤਲਬ ਕਿ 스마트 ਫਿਟਿੰਗ ਦੀ ਪੈਪਲਮ ਹੈ ਨੀਚੇ ਆਏਗਾ ਇਹਦੇ ਲਹੰਗਾ ਤੇ ਪਿਓਰ ਚਨੌਨ ਫੈਬਰਿਕ ਹੈ ਤੇ ਲਾਈਟ ਵੇਟ ਦੁਪੱਟਾ ਆਏਗਾ ਫੋਰ ਸਾਈਡ ਬਾਰਡਰ ਆ ਦੇਖੋ ਨਾ ਇੰਗਲਿਸ਼ ਕਲਰ ਹੈ ਯੂਨੀਕ ਹੈ ਲਾਈਟ ਵੇਟ ਹੈ ਡਿਜ਼ਾਈਨਰ ਹੈ ਆ ਦੁਪੱਟਾ ਨੈਟ ਦਾ ਮਿਲੇਗਾ ਤੁਹਾਨੂੰ ਸੇਮ ਫੋਰ ਸਾਈਡ ਬਾਰਡਰ ਬਣਿਆ ਲਾਈਟ ਗ੍ਰੇ ਇਨਟੂ ਡਾਰਕ ਗ੍ਰੇ ਦਾ ਕੰਬੀਨੇਸ਼ਨ ਹੈ ਪਿਓਰ ਚਨੌਨ ਫੈਬਰਿਕ ਵੀ ਹੈ ਬੜਾ ਅੱਛਾ ਕਨਸੈਪਟ ਹੈ ਕੱਡ ਡਰੈਸ ਡੀਏ ਕੀ ਬਹੁਤ ਸੋਹਣੀ ਹੈ ਨਾ ਵੇਟ ਐ ਨਾ ਰੇਟ ਹੈ ਰੇਟ ਦੇਖ ਲਓ 16500 ਆਈਟਮ ਨੰਬਰ 11 ਲੋ ਜੀ ਹੁਣ ਇੰਡੋ-वेस्टर्न ਵਾਲੇ ਤੁਹਾਨੂੰ ਲਹਿੰਗੇ ਦਿਖਾਣੇ ਥੋੜੇ ਜਾਗੋ ਸਪੈਸ਼ਲ ਯਾ ਕਰਦੇ ਅੱਛੇ ਫੰਕਸ਼ਨ ਦੇ ਪਾਣੇ ਆ ਰਿੰਗ ਸਰਮਨੀ ਹੈ ਰੋਕਾ ਹੈ ਕਿਤੇ ਮਰਜੀ ਪਾ ਲੋ ਜੀ ਲਵੈਂਡਰ ਸ਼ੇਡ ਕੀ ਬਾਤ ਹੈ ਦੇਖੋ ਪਿਓਰ ਰੌਸਲ ਫੈਬਰਿਕ ਦੇ ਸੈਂਟਰ ਕੱਟ ਵਾਲੀ ਸ਼ਾਰਟ ਕੁੜਤੀ ਸਟਾਈਲ ਦੇ ਸ਼ਰਟ ਬਣੀ ਹੈ ਜੀ ਵਿਦ ਰੀਅਲ ਮਿਰਰ ਐਂਡ ਲੈਦਰ ਦਾ ਕੰਮ ਕੀਤਾ ਹੋਇਆ ਪਿਓਰ ਸਿਲਕ ਫੈਬਰਿਕ ਹੈ ਆ ਦੇਖੋ ਬਾਜੂਏ ਦੇ ਨਾਲ ਆਏ ਨੇ ਸੇਮ ਫੈਬਰਿਕ ਦੇ ਜਿੰਨੇ ਕੰਗ ਸਲੀਵਸ ਆਪਾਂ ਐਡ ਕਰਾ ਦਾਂਗੇ ਫੁੱਲ ਲੌਂਗ ਚ ਹੈ ਹਾਫ ਸਾਰਾ ਰੀਅਲ ਮਿਰਰ ਐਂਡ ਲੈਦਰ ਦਾ ਪਿਓਰ ਸਿਲਕ ਦੇ ਵਿੱਚ ਆ ਦੇਖੋ ਪੈਨਲ ਬਣਿਆ ਪੂਰਾ ਪੋਰਟਲੀ ਬਟਨਸ ਨਾਲ ਲਾਣਗੇ ਪੂਰਾ ਜਾਲਸ ਕਟੇਡ ਦਾ ਬਾਰਡਰ ਬੜਾ ਫਾਈਨ ਬਣਿਆ ਹੋਇਆ ਨੀਡ ਐਂਡ ਕਲੀਨ ਸਾਫ ਸੁਥਰਾ ਕੰਮ ਹੈ ਜੀ ਬਿਲਕੁਲ ਔਰ ਜਿਹੜਾ ਸੈਂਟਰ ਕੱਟ ਦੇ ਨਾਲ ਆਇਆ ਕ ਲਹਿੰਗਾ ਰੌਸ ਸਿਲਕ ਦਾ ਉਹ ਵੀ ਲਹਿੰਗਾ ਫੁੱਲ ਕਲੀਆਂ ਫੁੱਲ ਫਲੇਅਰ ਵਾਲਾ ਤੇ 올 ਓਵਰ ਵਰਕ ਹੈ ਜੀ ਪੂਰੀ ਕੱਲੀਆਂ ਦੇ ਵਿੱਚ ਇਸ ਤਰ੍ਹਾਂ ਹੀ ਮਿਰਰ ਦਾ ਤੇ ਲੈਦਰ ਦਾ ਕੰਮ ਮਿਲੇਗਾ ਤੁਹਾਨੂੰ ਜ਼ਰੀ ਦੇ ਵਿੱਚ ਔਰ ਬ੍ਰੌਡ ਬਾਰਡਰ ਹੈ ਘੱਟ ਮਰਖਵਾਲਾ نیچے ਸਾਰਾ ਬਾਰਡਰ ਦੇਖੋ ਫਾਈਨ ਸਿਲ ਹੈ ਨੀਡ ਐਂਡ ਕਲੀਨ ਵਰਕ ਹੈ ਜੀ ਸਾਫ ਸੁਥਰਾ ਕੰਮ ਦਿਨ ਨੂੰ ਕਹਿੰਦੇ ਇੰਗਲਿਸ਼ ਕਲਰ ਦੇ ਪਰਪਲਵੈਂਟਰ ਸ਼ੇਡ ਦੇ ਉੱਪਰ ਨਾ ਪਿਓਰ ਸਿਲਕ ਫੈਬਰਿਕ ਦੀ ਸ਼ਾਰਟ ਸ਼ਰਟ ਵਿਦ ਲਹਿੰਗਾ ਬੈਕ ਥੋੜੀ ਡੀਪ ਆਏਗੀ ਪਰ ਕਵਰ ਕਰ ਸਕਦੇ ਜਿੰਨੀ ਕਹੋਗੇ ਬੈਕ ਤੇ ਲਟਕਣ ਬੈਕ ਬਾਰਡਰ ਬਣਿਆ ਬੂਟੀ ਆਏਗੀ ਬੈਕ ਸ਼ਰਟ ਦਾ ਬਾਰਡਰ ਬੜਾ ਸਫਾਈਨ ਹੈ ਪੂਰਾ ਪ੍ਰੋਪਰ ਹੈਵੀ ਲੋਕਲ ਬ੍ਰਾਈਡਲ ویئر অর ਪਾਰਟੀ ویئر ਪਰ ਲੁੱਕ ਵਾਲਾ ਕਨਸੈਪਟ ਹੈਗਾ ਸ਼ਾਰਟ ਸ਼ਰਟ ਦੇ ਨਾਲ ਲੈਂਗਨਾ ਲੈਂਗਾ ਆਏਗਾ ਇੰਗਲਿਸ਼ ਕਲਰ ਦੇ ਉੱਪਰ ਨਾ ਨੇੜ ਦਾ ਦੁਪੱਟਾ ਪੂਰਾ ਹੈਵੀ ਦੁਪੱਟਾ ਮਿਲੇਗਾ ਤੁਹਾਨੂੰ ਆ ਦੇਖੋ ਨਾ ਦੁਪੱਟਾ ਕਿੰਨਾ ਸ਼ਾਨਦਾਰ ਹੈ ਸੇਮ ਫੋਰ ਸਾਈਡ ਬਾਰਡਰ ਮਿਲਿਆ ਵਿਦ 올 ਓਵਰ ਬੂਟੀ ਹੈਗੀ ਦੁਪੱਟੇ ਚ ਮਤਲਬ ਕਿ ਵੀਡੀਓ ਦੇ ਵਿੱਚ ਇੰਨਾ ਸੋਹਣਾ ਲੱਗ ਰਿਹਾ ਤੇ ਪਾਇਆ ਹੋਰ ਕਿੰਨਾ ਸੋਹਣਾ ਲੱਗਿਆ ਇਹ ਦੇਖੋ ਤੁਸੀਂ ਇਹ ਨਿਊ ਆਰਟੀਕਲ ਨੇ ਨਿਊ ਡਿਜ਼ਾਈਨ ਨੇ ਸਾਰੇ ਡਿਜ਼ਾਈਨਰ ਦੇ ਕਨਸੈਪਟ ਤੁਹਾਨੂੰ ਆ ਸ਼ੋਅ ਕਰ ਰਿਹਾ ਜਿੰਨੇ ਵੀ ਨਵੀਂ ਵੈਰਾਈਟੀ ਐਡ रेट आएगा 29690 <coughs> लो जी लटरेस हो गई ना ਹੁਣ ਲਹੰਗੇ ਦਿਖਾਓ ਲੋ ਜੀ ਕੀ ਬਾਤ ਹੈ ਜੀ ਇਹ ਲਾਸਟ ਮੈਂ ਨਾ ਥੋੜੇ ਦਿਨ ਪਹਿਲੇ ਵੀਡੀਓ ਪਾਈ ਸੀ ਲਹੰਗਾ ਆਂਦੀ ਸੇਲ ਹੋ ਗਿਆ ਸੀ ਇਹਨਾਂ ਜਬਰਦਸਤ ਲਹੰਗਾ ਹੈ ਨਾ ਕਲਰ ਵੀ ਤੁਸੀਂ ਮਤਲਬ ਕਿ ਇਹ ਅਮੈਜ ਕਰੋ ਕਿ ਮਿਲਟਰੀ ਜਾਂ ਮਿਲਟਰੀ ਗ੍ਰੀਨ ਜਾਂ ਕਲਰ ਹੈਗਾ ਨੈਟ ਦੇ ਉੱਪਰ ਹੈ ਪਰ ਸੈਲਫ ਦੇ ਵਿੱਚ ਬਣਿਆ ਸਾਰਾ ਢੋਰੀ ਪਰਲਨ ਸਟੋਨ ਦਾ ਕੰਮ ਹੈ ਫੁੱਲ ਬਾਜ਼ੂ ਜਾਲ ਆਏਗਾ ਆ ਦੇਖੋ ਨਾ ਸਾਰਾ ਸੈਲਫ ਮੈਚਿੰਗ ਦੇ ਵਿੱਚ ਬਲਾਉਸ ਸੱਬੈ ਸੱਚੀ ਸਟਾਈਲੇ ਦਾ ਬਲਾਉਸ ਬਣਿਆ ਤਮੀ ਕਵਰ ਆਏਗਾ ਫੈਬਰਿਕ ਨਾਲ ਆਉਂਦਾ ਪਰ ਕਵਰ ਕਰ ਸਕਦੇ ਆ ਚੋਲੀ ਦੇ ਵਿੱਚ ਹਲਕਾ ਜਿਹਾ ਕੱਟ ਮਿਲੇਗਾ ਤੁਹਾਨੂੰ ਪਰ ਪੂਰੀ ਹੈਵੀ ਚੋਲੀ ਹੈ ਔਰ ਲਹਿੰਗਾ ਵੀ ਉਦੋਂ ਹੀ ਬਣਿਆ ਸੇ ਪੂਰਾ 올ਓਵਰ ਵਰਕ ਇੱਥੋਂ ਕਲੀਆਂ ਸਟਾਰਟ ਹੋ ਜਾਣਗੀਆਂ ਵੇਸ ਤੋਂ ਬਾਰਡਰ ਦੇ ਨਾਲ ਨਾ ਪੂਰੀ ਕਲੀਆਂ ਫੁੱਲ ਫਲੇਅਰ ਵਿਦ ਡਬਲ ਕੈਨ ਕੈਨ ਵਾਲਾ ਔਰ ਪੂਰਾ ਫਲੇਅਰ ਹੈ ਇਹਨੀਆਂ ਕਿ ਫਲੇਅਰ ਅਸੀਂ ਕੱਟ ਦਿਆਂਗੇ ਤੁਹਾਨੂੰ ਫੁੱਲ ਫਲੇਅਰ ਦੇਾਂਗੇ ਮੁੰਡਾ ਕਮਾ ਕੇ ਵੀ ਦਿਖਾਊਗਾ ਤੁਹਾਨੂੰ ਪਹਿਲੇ ਬੈਕ ਫਰੰਟ ਦੇਖ ਲਓ ਆ ਇਹਦੀ ਬੈ ਸੇਮ ਵਰਕ ਵਾਲਾ ਫੈਬਰਿਕ ਹੈਗਾ ਪਰ ਆਪਾਂ ਕਵਰ ਕਰ ਸਕਦੇ ਬੜਾ ਜ਼ਬਰਦਸਤ ਲਹਿੰਗਾ ਹੈ ਜੀ ਇਹ 컬러 ਦੇਖੋ ਮਿਲਟਰੀ ਗ੍ਰੀਨ ਸੁਪਰ ਫੁੱਲ ਫਲੇਅ ਲਹਿੰਗਾ ਪ੍ਰੋਪਰ ਹੈਵੀ ਲੁੱਕ ਕਿਸੇ ਵੀ ਅੱਛੇ ਫੰਕਸ਼ਨ ਤੇ ਪਾਓ ਰਿੰਗ ਸੈਰੇਮਨੀ ਹੈ ਕਰਦਾ ਅੱਛਾ ਫੰਕਸ਼ਨ ਹੈ ਵੇਅਰ ਕਰ ਸਕਦੇ ਬੜਾ ਜ਼ਬਰਦਸਤ ਲਹਿੰਗਾ ਬੜਾ ਜ਼ਬਰਦਸਤ ਜਿਹਦਾ ਦੁਪੱਟਾ ਬਣਿਆ ਫੋਰ ਸਾਈਡ ਬਾਰਡਰ ਵਿਦ ਬੂਟੀ ਹੈਗੀ ਜੀ ਦੁਪੱਟੇ 'ਚ ਵੀ ਇਹ ਸੋਚ ਤੋਂ ਪਰੇ 컬러 ਨੇ ਜੀ ਮੈਂ ਐਮੇਜ ਨਹੀਂ ਕਰ ਸਕਦੇ ਜਦੋਂ ਪਾਉਂਗੇ ਨਾ ਉਦੋਂ ਲੁੱਕ ਦੇਖਣਾ ਇਹਨਾਂ ਦੀ ਪ੍ਰੋਪਰ ਪਾਰਟੀ ਵੇਅਰ ਲਹਿੰਗਾ ਹੈ ਜੀ ਆਈਟਮ ਨੰਬਰ 13 ਹੈਗੀ ਜੀ रेट ਆਇਆ 32040 ਆ ਫੁੱਲ ਗਿਆ ਕਰੀਏ ਨੂੰ ਬੰਦ ਯਾਰ ਆ ਬੰਦ ਕਰ ਲਓ ਜੀ ਮਾਊਸ 골ਡ ਕੀ ਬਾਤ ਹੈ ਜੀ ਬੇਜ 골ਡ ਮਾਊਸ 골ਡ ਬਲਾਊਜ਼ ਦਾ ਕਨਸੈਪਟ ਦੇਖੋ ਪ੍ਰੋਪਰ ਸਟੀਚਿੰਗ ਆਰਟ ਵਾਲਾ ਬਲਾਊਜ਼ ਹੈ ਪਹਿਲੇ ਬਾਜੂ ਦਿਖਾਣਾ ਫੁੱਲ ਬਾਜੂ ਹੈਂਡਵਰਕ ਹੈ ਸੀਕੁਐਂਸ ਕਟਦਾਣਾ ਧੱਪਕੇ ਦੇ ਵਿੱਚ ਸਿਲਿਆ ਜੀ ਸਾਰਾ ਪੂਰਾ ਜੁਐਲਰੀ ਵਰਕ ਕੀਤਾ ਬਾਜੂ ਤੇ ਡਿਜ਼ਾਈਨਰ ਇਹਦਾ ਬਲਾਊਜ਼ ਬਣਿਆ ਸਵੀਟ ਆਰਡ neck ਦੇ ਵਿੱਚ ਬਲਾਊਜ਼ ਬਣਿਆ ਪਰ ਟਮੀ ਕਵਰ ਇਹਦਾ ਬਲਾਊਜ਼ ਹੈ ਕਲਰ ਮਤਲਬ ਕਿ ਸੋਚੋ ਕਿ ਕਲਰ ਪ੍ਰੋਪਰ ਜਿਹੜੇ ਇੰਗਲਿਸ਼ ਚ ਆ ਰਹੇ ਨੇ ਨਾ ਡਿਜ਼ਾਈਨਰ ਬਿਲਕੁਲ ਡਿਫਰੈਂਟ ਬਣਾ ਰਿਹਾ ਪੂਰਾ ਹੈਵੀ ਬਲਾਊਜ਼ ਵਿਦ ਲਹਿੰਗੇ ਦੀ ਬੈਲਟ ਵੀ ਸੇਮ ਹੈਂਡਵਰਕ ਵਾਲੀ ਆਏਗੀ ਔਰ ਸਿਕਵੈਂਸ ਦਾ ਜਾਲ ਹੈ ਜੀ ਜਾਲ ਵੀ ਨਾ ਲੇਅਰ ਦੇ ਵਿੱਚ ਹੈ ਫੁੱਲ ਫਲੇਅਰ ਇਹਦਾ ਲਹਿੰਗਾ ਇਹਦੇ ਵਿੱਚ ਵੀ ਡਬਲ ਕੈਨ ਕੈਨ ਹੈਗੀ ਹੈ ਸਾਰੀ ਐਂਟੀਕ ਲੁੱਕ ਦਾ ਕਨਸੈਪਟ ਆਏਗਾ ਫੁੱਲ ਫਲੇਅਰ ਵਾਲਾ ਲਹਿੰਗਾ ਦੇ ਨਾਲ ਹੈਵੀ ਬਲਾਊਜ਼ ਆ ਲੋ ਬੈਗ ਕੋ ਦਿਖਾਨਾ ਬੜੀ ਸ਼ਾਨਦਾਰ ਹੈ ਬੈਗ ਵੀ ਇਹਦੀ ਵੀ ਥੋੜੀ ਜੀ ਨਾ ਬੈਲਟ ਬਣੀ ਹੈ ਬੈਗ ਤੇ ਬੈਗ ਤੇ ਵੀ ਵਰਕਰ ਡੀਪ ਹੈ ਪਰ ਕਵਰ ਕਰ ਸਕਦੇ ਆਪਾਂ ਜਿੰਨਾ ਤੁਸੀਂ ਕਹੋਗੇ ਕੋਈ ਦਿੱਕਤ ਨਹੀਂ ਹੈ ਜਿੰਨਾ ਮਰਜ਼ੀ ਡੀਪ ਪਾ ਲੋ ਠੀਕ ਹੈ ਨਾ ਉਹਨਾਂ ਕਵਰ ਵੀ ਹੋ ਜਾਏਗਾ ਪਰ ਲੈਂਕਾ ਬਹੁਤ ਸੋਹਣਾ ਆਉਸਮ ਕਲਰ ਹੈਗਾ ਜੀ ਸੁਪਰ ਬਰਾਉਨਿਸ਼ ਜਿਹਾ ਕਲਰ ਹੈ ਮਤਲਬ ਕਿ ਬੇਜ ਬਰਾਉਨ ਜਿਹਾ ਕਲਰ ਆਪਾਂ ਕਹਿ ਦਿੰਦੇ ਨੇ ਨਾ ਬੜਾ ਸੋਹਣਾ ਇੰਗਲਿਸ਼ ਕਲਰ ਅੱਜ ਕੱਲ੍ਹ ਚੱਲਦੇ ਨੇ ਉਹ ਵਾਲੇ ਕਲਰ ਨੇ ਦੁਪੱਟਾ ਫਿਨਿਸ਼ਿੰਗ ਮਿਲੇਗੀ 4 ਸਾਈਡ ਵਿਦ 올 ਓਵਰ ਬੁਟੀਆਂ ਜਿਹਾ ਨੈਟਾ ਦੁਪ 2 پیس ਲਹंगा ਚੋਲੀ ਹੈ ਪ੍ਰੋਪਰ ਬ੍ਰਾਈਡਲ ਵੇਅਰ ਐਂਡ ਪਾਰਟੀ ਵੇਅਰ ਵਾਲਾ ਕਨਸੈਪਟ ਪੂਰਾ ਹੈਵੀ ਬਲਾউজ ਵਿਦ ਲਹੰਗਾ ਵੀ ਹੈਵੀ ਹੈ ਆਈਟਮ ਨੰਬਰ ਜਿਹੜੀ ਆਏਗੀ 2 پیس ਲਹंगा ਚੋਲੀ ਹੈ ਜੀ ਇਹ ਆਈਟਮ ਨੰਬਰ ਹੈਗਾ 14 ਤੇ ਰੇਟ ਆਏਗਾ 25910 3 پیس ਇੰਡੋ-वेस्टर्न ਜੈਕਟ ਵਾਲਾ ਕਨਸੈਪਟ ਇਹ ਆਏਗਾ ਜੀ ਜੌਰਡ ਦਾ ਸਮਰ ਹੋਵੇ ਵਿంటర్ ਹੋਵੇ ਇਹ ਆਈਟਮ ਓਕੇ ਰਿਪੋਰਟ ਵਾਲੀ ਹੈ ਇਹ ਐਕਚੁਅਲ ਜਿਹੜਾ ਸਟਾਈਲ ਹੈ ਨਾ ਬਲਾਊਜ਼ਾ ਗਾ ਪਿਓਰ ਚਿਕਨਕਾਰੀ ਦਾ ਬਲਾਊਜ਼ ਹੈ ਦਾ ਜੋਰਡਰ ਦਾ ਇਹ ਲਹੰਗਾ ਹੈ ਤੇ ਜੈਕਟ ਜਿਹੜੀ ਹੈ ਕਿ ਨਾ ਬਲੇਜ਼ਰ ਟਾਈਪ ਜੈਕਟ ਹੈ ਦੀ ਪਹਿਲੇ ਤੁਹਾਨੂੰ ਨੇੜੇ ਕਰਕੇ ਦਿਖਾਣਾ ਮੈਂ ਬਲਾਊਜ਼ੇ ਦਾ ਟਮੀ ਕਵਰ ਜਿਹੜਾ ਬਲਾਊਜ਼ ਬਣਿਆ ਨਾ ਵਿਦ ਚਿਕਨਕਾਰੀ ਵਰਕ ਮਿਰਰ ਦਬਕਾ ਔਰ ਸਾਰਾ ਸਿਕਵਨ ਦਾ ਸਾਰਾ ਕੰਮ ਕੀਤਾ ਹੈ ਜੋਰਡਰ ਦੇ ਉੱਪਰ ਕਲਰ ਆਏਗਾ ਲਾਈਟ ਫਰੋਜ਼ੀ ਵਰਕ ਆਏਗਾ ਸਾਰਾ ਹੈਂਡ ਦਾ ਔਰ ਇਹਦੀ ਜੈਕਟ ਦੇਖਣਾ ਸਟਾਈਲਿਸ਼ ਹੈ ਬਾਹੂ ਪੂਰੇ ਲੱਗੇ ਨੇ ਨਾਲ ਪਰ ਡਿਜ਼ਾਈਨਰ 슬ੀਵਸ ਬਣੇ ਨੇ ਓਪਨ ਵਾਲੇ 슬ੀਵਸ ਨੇ ਜੀ ਹੈ ਫੁੱਲ ਬਾਹੂ ਵਰਕ ਵਾਲੇ ਆਗੇ ਸ਼ੋਲਡਰ ਤੋਂ ਲੈ ਕੇ ਨੀਚੇ ਡਾਊਨ ਵਾਲੇ ਬਾਹੂ ਆਣਗੇ ਪੂਰਾ ਬਲਾਊਜ਼ ਹੈਵੀ ਸਟੈਪ ਲੁੱਕ ਵਾਲਾ ਬਲਾਊਜ਼ ਹੈ ਪਰ ਅਬਮੀ ਕਵਰ ਆਏਗਾ ਨੀਚੇ ਲਹਿੰਗਾ ਹੈ ਨਾ ਜਾਲ ਵਾਲਾ 벨ਟ ਤੋਂ ਇਥੇ ਕਲੀਆਂ ਸਟਾਰਟ ਹੋ ਗਈਆਂ ਪਰ ਪੂਰੀ 올ਓਵਰ ਸੈਲਫ ਵਰਟੀ ਆਏਗੀ ਚਿਕਨ ਕਾਰੀ ਦੀ ਵਿਦ ਮਿਰਰ ਦੀ ਸ਼ਾਰਟ ਜੈਕਟ 3 ਪੀਸ ਆਰਟੀਕਲ ਹੈ ਇੰਡੋ ਵੈਸਟਰਨ ਬੈਕ ਵੀ ਪੂਰੀ ਇਸ ਤਰ੍ਹਾਂ ਹਾਈ ਨੈਕ ਦੇ ਵਿੱਚ ਹੈ ਪਰ ਪੂਰਾ ਬੈਕ ਤੇ ਵੀ ਸਾਰਾ ਥ्रेडਰ ਜੋੜ ਜੜ ਦੇ ਉੱਪਰ ਨਾ ਇਹ ਸਾਰਾ ਚਿਕਨ ਕਾਰੀ ਦੀ ਮਤਲਬ ਕਿ ਜੈਕਟ ਹੈ ਬਲਾউজ ਵਿੱਚ ਚਿਕਨ ਕਾਰੀ ਦਾ ਹੈ ਤੇ ਲਹਿੰਗਾ ਆਏਗਾ ਜੋੜ-ਜੋੜ ਦਾ ਵਿਦ ਬੋਟੀ ਔਰ ਹੈਂਡਵਰਕ ਦੀ ਨਾ ਸਾਰਾ ਤੁਹਾਨੂੰ ਉੱਪਰ ਹੈਂਡਵਰਕ ਮਿਲੇਗਾ ਆ ਦੇਖੋ ਮਿਰਰ ਪਰਲ ਸੀਕੁਐਂਸ ਸਾਰੇ ਆਊਟਲਾਈਟਿੰਗ ਹੈ ਥੋੜੀ ਸ਼ਾਈਨਿੰਗ ਹੈ ਪਰ ਡਿਫਰੈਂਟ ਲੱਗਦਾ ਪੀਸ ਹੈ ਪ੍ਰੋਪਰ ਗਰਲਿਸ਼ ਹੈ ਕਲਰ ਵੀ ਸਕਾਈ ਬਲੂ ਲਾਈਟ ਫਰੋਜ਼ੀ ਉਹ ਵਾਲਾ ਕਨਸੈਪਟ ਹੈ 3 ਪੀਸ ਇੰਡੋ-ਵੈਸਟਰਨ ਬਲਾউজ ਲਹਿੰਗਾ ਐਂਡ ਸ਼ਾਰਟ ਜੈਕਟ ਆਈਟਮ ਨੰਬਰ 15 ਤੇ ਰੇਟ ਆਏਗਾ 16000 ਬੀ ਲਓ ਜੇ ਨਾਰਕਰੀਆ ਲਓ ਕਿਆ ਬਾਤ ਹੈ ਜੀ 컬러 দেখো ਫਰੋਜ਼ਾ 컬러 ਫੁੱਲ ਲੈਂਥ ਨਾਰਕਲੀ ਚਾਹੇ ਸਿੰਗਲ ਪੀਸ ਪਾਓ ਚਾਹੇ ਟੂ ਪੀਸ ਪਾਓ ਪਹਿਲੇ ਬਾਜੂ ਦਾ ਖਾਨਾ ਪਿਓਰ ਜੌਰਜਟ ਦੀ ਨਾਰਕਲੀਆਂ ਆ ਗਈ ਜੀ ਪਾਰਟੀ ਵੇਰ ਲੁੱਕਦੀਆਂ 컬러 ਆਏਗਾ ਡਾਰਕ ਫਰੋਜ਼ੀ ਕੰਮ ਆਏਗਾ ਜ਼ਰੀ ਪਿੱਟੇ ਸੀਕਵੈਂਸ ਦਾ ਟੋਟਲ ਜ਼ਰੀ ਵਰਕ ਹੈ ਸਾਰਾ ਵਿਦ ਹੈਂਡ ਆਏਗਾ ਸੀਕਵੈਂਸ ਵੀ ਹੈ ਕੜਦਾਨਾ ਵੀ ਹੈ ਸਟੋਨ ਵੀ ਹੈ ਪੂਰਾ ਜਾਲ ਆਏਗਾ ਬਾਜੂ ਤੇ ਨੈਕ ਪੋਰਸ਼ਨ ਆਏਗਾ ਇਸ ਤਰ੍ਹਾਂ ਵੀ ਨੈਕ ਦਾ ਹੈਂਡਵਰਕ ਨਾਲ ਲੋਰਟਡ ਹੈ ਇਸ ਤਰ੍ਹਾਂ ਕੁੜਤਾ ਪੱਟੀ ਲੈ ਕਾ ਪੂਰਾ ਜਾਲ ਆਏਗਾ ਵੇਸ ਤੇ ਬਾਰਡਰ ਆ ਗਿਆ ਫੁੱਲ ਕਲੀਆਂ ਦੇ ਵਿੱਚ ਚਾਲ ਹੈ ਜੀ ਕਿਤੇ ਵੀ ਤੁਹਾਨੂੰ ਦੇਖੋ ਪਲੇਨ ਨਹੀਂ ਨਸਰਾਏਗਾ نیچے ਬ੍ਰਾਡ ਬਾਰਡਰ ਹੈ ਪੀਟੇ ਦਾ ਸੀਕੁਐਂਸ ਦਾ ਸਰੀ ਦਾ ਫੁੱਲ ਲੈਂਥ ਨਾਰਕਲੀਏ ਫੈਕ ਔਰ ਫਰੰਟ ਪੂਰੀ ਪ੍ਰੋਪਰ ਪਾਰਟੀ ਵੇਅਰ ਬ੍ਰਾਈਡਰ ਵੇਅਰ ਰੁਕੋ ਇਹ ਨਾਰਕਲੀਆਂ ਪਿਓਰ ਜੋਰਜਟ ਫੈਬਰਿਕ ਠੀਕ ਹੈ ਜੀ ਨਾਲ ਦੁਪੱਟਾ ਵੀ ਦੇਾਂਗੇ ਇਹਦੇ ਪੂਰੀ ਪ੍ਰੋਪਰ ਹੈਵੀ ਲੁੱਕ ਵਾਲੀ ਨਾਰਕਲੀਏ ਇਹਨਾਂ ਦਾ ਵੇਟ ਹੈ ਨਾ ਰੇਟ ਹੈ ਲੁੱਕ ਹੈਵੀ ਹੈ ਕੰਮ ਬਹੁਤ ਸੋਨਾ ਕੀਤਾ ਹੈ ਫਰੋਜ਼ੀ ਇਨ ਟੂ ਗੋਲਡ ਦਾ ਕੰਬੀਨੇਸ਼ਨ ਹੈ ਨਾਲ ਦੁਪੱਟਾ ਦੇਾਂਗੇ ਫੋਰ ਸਾਈਡ ਬਾਰਡਰ ਵਿਦ 올 ਓਵਰ ਬੁਟੀ ਆਏਗੀ ਜੌਰਜਟ ਦਾ ਹੀ ਦੁਪੱਟਾ ਜੀ ਸੇਮ ਕਲਰ ਦਾ ਨਾਲ ਆ ਦੇਖੋ ਦੁਪੱਟਾ ਵੀ ਤੁਹਾਨੂੰ ਮੈਂ ਨੇੜੇ ਕਰਕੇ ਦਿਖਾਣਾ ਚਾਰੇ ਪਾਸੇ ਬਾਰਡਰ ਬਣਿਆ ਤੇ ਵਿਦ 올 ਓਵਰ ਬੁਟੀ ਆਏਗੀ ਤੇ ਦੁਪੱਟਾ ਵੀ ਇਹਦਾ ਜੌਰਜਟ ਦਾ ਹੀ ਦੁਪੱਟਾ ਹੈ ਫੁੱਲ ਲੈਂਥ ਹੈਗੀ ਫਲੋਰ ਟੱਚ ਡਮੀ ਲੁੱਕ ਦੀ ਅਨਾਰਕਲੀ ਆਏਗੀ ਆ ਲੋ ਫੈਬਰਿਕ ਆ ਗਿਆ ਇਹਦਾ ਜੌਰਜਟ ਕਲਰ ਆਏਗਾ ਡਾਰਕ ਫਰੋਜ਼ੀ ਤੇ ਆਈਟਮ ਨੰਬਰ ਹੈਗੀ 16 ਅਨਾਰਕਲੀ ਦੀ ਤੇ ਰੇਟ ਆ ਗਿਆ ਜੀ 21530 ਬੋਥ ਰਿਸੋਲਵਡ ਦੀ ਨਾਲ ਕੇ ਲੁੱਕ ਆਣ ਲੱਗੇਗੀ 30 35 ਹਜ਼ਾਰ ਦੀ ਨਾਲ ਕਲੀ ਪਾਈ ਆ ਸੈਕਿੰਡ ਡਿਜ਼ਾਈਨ ਦੇਖਣਾ ਨੇਵੀ ਬਲੂ ਦੇ ਉੱਪਰ ਕੀ ਬਾਤ ਹੈ ਸੁਪਰ ਸੈਲੀਬ੍ਰਿਟੀ ਸਟਾਈਲ ਕੈਟਲੋਗ ਵਾਲਾ ਕਨਸੈਪਟ ਹੈ ਵੀ ਨੈਕ ਦੇ ਵਿੱਚ ਜ਼ਰੀ ਪੇਟਾ ਰੇਸ਼ਮ ਮਲਟੀ ਕਲਰ ਰੇਸ਼ਮ ਵਿਦ ਜ਼ਰੀ ਪੂਲ ਬਾਜ਼ੂ ਆਣਗੇ ਨੇਵੀ ਬਲੂ ਦੇ ਉੱਪਰ ਕਲਰ ਮੈਚਿੰਗ ਦੇਖੋ ਪਿੰਕ ਹੈ ਬਰਾਊਨ ਹੈ ਰਸਟ ਹੈ ਇਦਾਂ ਦੇ ਕੰਬੀਨੇਸ਼ਨ ਯੂਜ਼ ਕੀਤੇ ਨੇ ਪਰ ਹੈਂਡਵਰਕ ਸਾਰਾ ਵਿੱਚ ਆਏਗਾ ਟੋਟਲ ਹੈਂਡਵਰਕ ਦੇ ਨਾਲ ਬਟੇ ਫੁੱਲ ਬਾਜ਼ੂ ਤੇ ਜਾਲਾ ਕਾ ਬਾਰਡਰ ਬਣਿਆ ਤੇ ਇਹਦਾ ਯੋਕ ਵੀ ਪੂਰਾ ਜਾਲ ਵਾਲਾ ਵੀ ਨੈਕ ਵਾਲਾ ਇਹਦਾ ਯੋਕ ਹੈ ਤਰ ਪੂਰਾ ਦੇਖੋ ਬੇਸ ਨਹੀਂ ਨਜ਼ਰ ਆ ਰਿਹਾ ਇੰਨਾ ਸੋਹਣਾ ਕੰਮ ਹੈ ਕਲਰ ਮੈਚਿੰਗ ਦੇਖੋ ਕਿੰਨੀ ਪ੍ਰੀਟੀ ਹੈ ਬੈਲਟ ਤੋਂ ਕਲੀਆਂ ਸਟਾਰਟ ਹੋ ਜਾਣਗੀਆਂ ਪੂਰਾ ਝਾਲ ਹੈ ਰੇਸ਼ਮ ਦਾ ਜ਼ਰੀ ਪੇਟਾ ਰੇਸ਼ਮ ਕਲਰਫੁਲ ਐਂਡ ਡਿਜ਼ਾਈਨਰ ਨੀਚੇ ਬ੍ਰੌਡ ਬਾਰਡਰ ਆਏਗਾ ਹਲਕੀ ਕੈਨਵੀ ਐਡ ਕੀਤੀ ਹੋਈ ਹੈ ਫਲੇਅਰ ਲਈ ਨਾ ਫੁੱਲ ਲੈਂਥ ਨਾਲ ਕਲੀ ਹੈ ਕਲਰਫੁਲ ਬਾਰਡਰ ਆਣਗੇ ਦੇ ਨੀਡ ਐਂਡ ਪ੍ਰਿੰਟ ਜ਼ਰੀ ਪੇਟਾ ਸਿਕਵਨ ਦੇ ਵਿੱਚ ਔਰ ਕਲਰਫੁਲ ਥ੍ਰੈਡ ਦਾ ਕੰਮ ਵੀ ਕੀਤਾ ਹੋਇਆ ਨਾਲੇ ਮਤਲਬ ਕਿ ਮਿਕਸ ਮੈਚ ਕੰਮ ਹੈ ਸਾਰਾ ਹੈਂਡ ਵੀ ਹੈ ਪਲੱਸ ਰੇਸ਼ਮ ਵੀ ਹੈ ਬੈਕ ਇਸ ਤਰ੍ਹਾਂ ਹੀ ਪੂਰੀ ਕਵਰਡ ਆਏ ਬੈਕ ਫਰੰਟ ਸੇਮ ਬਣੀ ਹੈ ਜੀ ਇਹਦੀ ਫੁੱਲ ਬਾਜ਼ੂ ਦੇ ਨਾਲ ਨਾਲ ਇਹਦਾ ਕਈ ਕਲਰ ਤੁਹਾਨੂੰ ਬਲੈਕ ਲੱਗ ਰਿਹਾ ਪਰ ਇਹ ਜਿਹੜਾ ਕਲਰ ਹੈਗਾ ਨਾ ਨੇਵੀ ਬਲੂ ਹੈ ਡਾਰਕ ਨੇਵੀ ਬਲੂ ਇੱਥੇ ਦੇਖੋ ਦੁਪੱਟੇ 'ਚ ਨੇਵੀ ਬਲੂ ਆਏਗਾ ਪਿਓਰ ਜੌਰਜਟ ਫੈਬਰਿਕ ਦੀ ਨਾਰਕਲੀ ਆਏਗੀ ਪ੍ਰੋਪਰ ਹੈਂਡਵਰਕ ਐਂਡ ਰੇਸ਼ਮ ਵਰਕ ਦੇ ਨਾਲ ਚਾਰੇ ਪਾਸੇ ਬਾਰਡਰ ਬਣਿਆ ਦੁਪੱਟੇ ਦਾ ਤੇ 올 ਓਵਰ ਮੋਟੀ ਹੈ ਜੀ ਦੁਪੱਟੇ 'ਚ ਫੁੱਲ ਲੈਂਥ ਨਾਰਕਲੀ ਵਿਦ ਲੌਂਗ 슬ੀਵਸ ਐਂਡ ਹੈਵੀ ਦੁਪੱਟਾ ਆ ਦੇਖੋ ਕਿੰਨੀ ਸ਼ਾਨਦਾਰ ਲੁੱਕ ਹੈ ਆਈਟਮ ਨੰਬਰ ਹੈ ਕੀ ਇਹ ਨਾਰਕਲੀ ਦੀ 17 ਨੰਬਰ ਆਈਟਮ ਹੈ ਜੀ ਇਹ ਦੇ ਰੇਟ ਆਇਗਾ ਜੀ 23140 ਲਿਆ ਬਟਾ ਅਗਲੇ ਲਿਆਓ ਓਏ ਹੋਏ ਹੌਟ ਪਿੰਕ ਇਨ ਟੂ 오ਰੇਂਜ ਸੈਕੰਡ ਡਿਜ਼ਾਈਨ ਕੀਆ ਬਾਤ ਹੈ ਮਜ਼ਾ ਆ ਜਾਏਗਾ ਜੀ ਵੇਅਰ ਕਰੋਗੇ ਨਾਰਕਲੀ ਕਲਰਫੁੱਲ ਹੈ ਪਰ ਡਿਫਰੈਂਟ ਹੈ ਕੰਟਰਾਸਟ ਕੰਬੀਨੇਸ਼ਨ ਹੈਗਾ ਫੁੱਲ ਬਾਜ਼ੂ ਡਿਜ਼ਾਈਨ ਸ਼ੇਪ ਹੈ ਪਰ ਇਹਦਾ ਜਿਹੜਾ ਡਿਜ਼ਾਈਨ ਵੈਸੇ ਥੋੜੇ ਬਹੁਤ ਸਿਮਿਲਰ ਨੇ ਪਰ ਕਲਰ ਮੈਚਿੰਗ ਸਭ ਦੀ ਅਲਗ-ਅਲਗ ਈ ਹੈ ਫੁੱਲ ਬਾਜ਼ੂ ਤੇ ਬਾਰਡਰ ਬਣਿਆ ਤੇ ਨਾਲ ਸਾਰਾ ਜ਼ਰੀ ਪਿੱਟੇ ਦਾ ਜਾਲ ਵੀ ਤੇ ਸਿਕਵੈਂਸ ਪਿਓਰ ਜੋੜ ਜੋੜ ਦੇ ਉੱਪਰ ਬੜਾ ਫਾਈਨ ਔਰ ਐਲੀਗੈਂਟ ਕੰਮ ਕੀਤਾ ਹੈ ਜੀ ਇਹਦਾ ਜੋਕ ਵੀ ਬੜਾ ਫਾਈਨ ਬਣਿਆ ਕੋਈ ਕੰਫਰਟੇਬਲ ਸਾਈਜ ਆਏਗਾ ਨੇ কুর্তা ਪੱਟੀ ਨੇ ਕਿਸ ਤਰ੍ਹਾਂ ਲਾਈਨ ਵੀ ਆਏਗੀ ਤੇ ਪੂਰਾ ਜਾਲ ਆਏਗਾ ਕਲੀਆਂ ਸਟਾਰਟ ਹੋ ਜਾਣਗੀਆਂ ਕੰਟਰਾਸਟ ਦੇ ਵਿੱਚ 베ਸ ਤੋਂ ਕਲੀਆਂ ਸਟਾਰਟ ਹੋ ਜਾਣਗੀਆਂ orange pink orange pink ਇਦਾਂ ਦੇ ਕੰਬੀਨੇਸ਼ਨ ਆਣਗੇ ਪਰ ਪੂਰਾ ਜਾਲ ਹੈ نیچے ਬ੍ਰਾਡ ਬਾਰਡਰ ਵੀ ਤੁਹਾਨੂੰ ਬੜਾ ਸੋਹਣਾ ਮਿਲੇਗਾ ਹਲਕੀ ਜੀ ਕੈਨ ਇਹਦੇ ਵਿੱਚ ਵੀ ਐਡ ਕੀਤੀ ਹੋਈ ਹੈ ਤਾਂ ਕਿ ਫਲੇਅਰ ਦੀ ਲੁੱਕ ਨਾ ਬੜੀ ਸ਼ਾਨਦਾਰ ਆਉਂਦੀ ਹੈ ਫੁੱਲ ਇੰਤਨਾਰ ਕਲਈਏ ਨਾਲ ਸਟੈਚੇਬਲ ਪਜਾਮੇ ਵੀ ਤੁਹਾਨੂੰ ਸੇਮ ਕਲਰ ਦੀ ਮਿਲੇਗੀ ਨਿਓਨ ਕਲਰ ਦੀ ਨਾਲ হট ਪਿੰਕ ਕਲਰ ਦੀ ਆਏ ਦੀ ਬੈਕ ਡੀਪ ਹੈ ਪਰ ਸੋਹਣਾ ਲੱਗਦਾ ਪਿਆ ਬੈਕ ਕਵਰ ਵੀ ਕਰ ਸਕਦੇ ਹਾਂ ਫੁੱਲ ਫਰੰਟ ਬੈਕ ਸੇਮ ਹੈਗੀ ਇਹਦੀ ਵੀ ਨਾਲ ਹੈਵੀ ਦੁਪੱਟਾ ਆਏਗਾ ਕਿਉਂਕਿ ਬ੍ਰਾਈਟ ਕਲਰ ਕੰਬੀਨੇਸ਼ਨ ਹੈ ਨਾ ਬੜਾ ਸੋਹਣਾ ਲੱਗਦਾ ਹੈ ਤੇ ਜਾਗੋ ਤੇ ਪਾਣਾ ਜਾਂ ਮਹਿੰਦੀ ਹਲਦੀ ਤੇ ਪਾਣਾ ਜਿੱਥੇ ਮਰਜੀ ਵੇਅਰ ਕਰ ਲਓ ਜੀ ਇਹ ਵੇਅਰ ਹੋਣ ਵਾਲੇ ਕਨਸੈਪਟ ਨੇ ਚਾਹ ਕਰਦੇ ਫੰਕਸ਼ਨ ਦੇ ਪਾਓ ਕਿਸੇ ਵੀ ਅੱਛੇ ਫੰਕਸ਼ਨ ਦੇ ਵਿੱਚ ਬਣਾ ਦਾਜਵਰੀ ਦੇ ਵਿੱਚ ਟੂਜ਼ੋ ਦੇ ਵਿੱਚ ਵੈਰਾਈਟੀ ਆਪਣੀ ਡਿਫਰੈਂ ফুল লেন্থ নারকলি উইথ কালারফুল কন্ট্রাস্ট কম্বিনেশন ਹੈ ਪਿਓਰ ਜੋਡਰ ਦੀ ਨਾਰਕਲੀ ਹੈ 오ਰੇਂਜ ਨੂੰ ਮੋਰੈਂਟਾ ਦਾ ਇਹ ਕੰਬੀਨੇਸ਼ਨ ਹੈ ਆਈਟਮ ਨੰਬਰ ਆਏਗੀ 18 ਤੇ ਰੇਟ ਆਏਗਾ 21530 ਲੋ ਜੀ ਨੈਕਸਟ ਵੀ ਜਿਹੜਾ ਆਰਟੀਕਲ ਹੈ ਉਹ ਸਿਲਕ ਦੇ ਵਿੱਚ ਹੈ ਪਿਓਰ ਗੈਬਡਿਨ ਸਿਲਕ ਦੀ ਨਾਰਕਲੀ ਹੈ ਜੀ ਸ਼ੈਂਪੇਨ 골ਡ ਦੇ ਨਾਲ ਨਾ ਪਿੰਕ ਦਾ ਕੰਬੀਨੇਸ਼ਨ ਹੈ ਪ੍ਰੋਪਰ ਹੈਵੀ ਲੁੱਕ ਵਾਲੀ ਨਾਰਕਲੀ ਹੈ ਪ੍ਰੋਪਰ ਬ੍ਰਾਈਡਲ ਪਿਓਰ ਗੈਬਡਿਨ ਸਿਲਕ ਪਹਿਲੇ ਇਹਦਾ ਮੈਂ ਤੁਹਾਨੂੰ ਅੱਪਰ ਦਿਖਾਨਾ ਆ ਦੇਖੋ ਨਾ ਡੋਰੀ ਐਂਟੀਕ ਡੋਰੀ ਦੇ ਵਿੱਚ ਸਿਲਿਆ ਹੈ ਦਬਕਾ ਬਲੱਸ ਨੋਰਿੰਗ ਐਂਡ ਮਿਰਰ ਦਾ ਕੰਮ ਹੈ ਬਾਜ਼ੂ ਦੇ ਨਾਲ ਵੀ ਸਿਲਕ ਦੇ ਨਾਲ ਆਏ ਨੇ ਜਿੰਨੇ ਕੋਂਗ ਲਵਾ ਦਾਂਗੇ ਪੋਟਲੀ ਬਟਨਸ ਆਣਗੇ ਵਿਦ ਮਿਰਰ ਵਰਕ ਦਾ ਪੂਰਾ ਜਾਲ ਬਣਿਆ ਯੋਗ ਤੇ ਯੋਗ ਤੋਂ ਹੀ ਕਲੀਆਂ ਸਟਾਰਟ ਹੋ ਜਾਣਗੇ ਜੀ ਠੀਕ ਹੈ ਨਾ ਨਾਲ ਬੈਲਟ ਵੀ ਬਹੁਤ ਸੋਹਣੀ ਹੈ ਪਹਿਲੇ ਬੈਲਟ ਦੇਖ ਲਓ ਸੇਮ ਹੈਂਡ ਵਰਕ ਵਾਲੀ ਬੈਲਟ ਐ ਵੀ ਪਿੰਕ ਕਲਰ ਦੀ ਇਹ ਚੱਕ ਕਲੀਆਂ ਜਿਹੜੀਆਂ ਆਣਗੀਆਂ ਨਾ ਇੱਕ ਪਿੰਕ ਕਲਰ ਦੀ ਇੱਕ ਸ਼ੈਂਪੇਨ ਬੇਜ 골ਡ ਕਲਰ ਦੀ ਹੈ ਇਹ ਕੰਟਰਾਸਟ ਕੰਬੀਨੇਸ਼ਨ ਹੈ ਕਲੀਆਂ ਵਾਲਾ ਕੰਬੀਨੇਸ਼ਨ ਹੈ ਫੁੱਲ ਫਲੇਅਰ ਵਾਲੀ ਨਾਰ ਕਲੀਆਂ ਪਿਓਰ ਗੈਬਰਡਿਨ ਸਿਲਕ ਦੇ ਨਾਲ ਸਾਰਾ ਦੇਖੋ ਕੰਮ ਜੜਿਆ ਪਿਆ ਹੈ ਕਿ ਤੋਂ ਮੈਂ ਮਤਲਬ ਪ੍ਰੋਪਰ ਹੈਵੀ ਲੁੱਕ ਵਾਲੀ ਨਾਰਕ ਲਈਏ ਪਿੰਕ 골ਡ نیچے ਬਾਰਡਰ ਵੀ ਬੜਾ ਫਾਈਨ ਮਿਲੇਗਾ ਤੁਹਾਨੂੰ ਸੇਮ ਵਰਕ ਦੇ ਨਾਲ ਇਹਦੇ ਵਿੱਚ ਵੀ ਕੈਨ ਐਡ ਕੀਤੀ ਹੈ ਤਾਂ ਕਿ ਉੱਪਰ ਮਤਲਬ ਪੂਰੇ ਫਲੇਅਰ ਦੀ ਲੁੱਕ ਨਜ਼ਰ ਆਏ ਆ ਦੇਖੋ ਬੈਕ ਫਰੰਟ ਪੂਰੀ ਹੈਵੀ ਹੈ ਜਿਹੜੇ ਮਰਜ਼ੀ ਅੱਛੇ ਫੰਕਸ਼ਨ ਦੇ ਪਾਉ ਜੀਏ ਇਹ ਵੇਅਰ ਹੋਣ ਵਾਲੇ ਕਨਸੈਪਟ ਨੇ ਬੈਕ ਥੋੜੀ ਡੀਪ ਆਏਗੀ ਵੀ ਨੈਕ ਦੇ ਵਿੱਚ ਪਰ ਫੁੱਲ ਫਲੇਅਰ ਦੀ ਨਾਰਕ ਲਈਏ ਸਿਲਕ ਦੀ ਪਿਓਰ ਗੈਵਰਨ ਸਿਲਕ ਬੇਜ ਇੰਟੂ ਪਿੰਕ ਦਾ ਕੰਬੀਨੇਸ਼ਨ ਹੈ ਨਾਲ ਦੁਪੱਟਾ ਦਿਖਾਵਾਂਗਾ ਇੱਕਦਮ ਮਸਤ ਜੀ ਓਕੇ ਦੁਪੱਟਾ ਦਿਖਾ ਬਟੇ ਸਕੈਲਪ ਨੜ ਦਾ ਦੁਪੱਟਾ ਚਾਰੇ ਪਾਸੇ ਨਾ ਬਾਰਡਰ ਬਣਿਆ ਵਿਦ ਜਾਲ ਆਏਗਾ ਸਿਕਵਨ ਦਾ ਪਿੰਕ ਕਲਰ ਦਾ ਦੁਪੱਟਾ ਆਏਗਾ ਨਾਲ ਤੇ ਆ ਦੇਖੋ ਨਾ ਸਕੈਲਪਿੰਗ ਬਾਰਡਰ ਹੈ ਫੋਰ ਸਾਈਡ ਇਸ ਤਰੀ ਸੇਮ ਵਰਕ ਵਾਲਾ ਬਾਰਡਰ ਆਏਗਾ ਤੇ ਨਾਲ ਸਿਕਵਨ ਦਾ ਜਾਲ ਹੈ ਦੁਪੱਟੇ ਚ ਆ ਲੋ ਜੀ ਪ੍ਰੋਪਰ ਬਰਾਇਡਲ ਵੇਅਰ ਵਾਲੀ ਪਿਓਰ ਗੈਬਰਡਿਨ ਸਿਲਕ ਦੀਆਂ ਅਨਰਕਲੀਆਂ ਆਈਟਮ ਨੰਬਰ ਹੈਗੀ ਅੱਜ ਦੀ 19 ਨੰਬਰ ਆਈਟਮ ਹੈ ਤੇ ਰੇਟ ਦੇਖ ਲਓ ਕੁਛ ਵੀ ਨਹੀਂ ਆਏਗਾ 50 ਪਲੱਸ ਲੁੱਕ ਹੈ 25760 ਲੋਰੀ ਸਾਡੀ ਅੱਜ ਦੀ ਲਾਸਟ ਆਈਟਮ ਡੰਮੀ ਤੇ ਆ ਪ੍ਰੋਪਰ ਇੰਡੋ-ਵੈਸਟਰਨ ਸਟਾਈਲ ਦਾ ਨਾ ਇਹ ਜਿਹੜਾ ਹੈਗਾ ਕਨਸੈਪਟ ਹੈ crop top ਦੇ ਨਾਲ ਡ੍ਰੇਪ ਅਟੈਚ ਹੈਗੀ ਆ ਤੇ ਆਪਣਾ ਜਿਹੜੇ ਸਕਰਟ ਹੈ ਉਹ ਪਿਓਰ organza ਦੀ ਹੈ ਲਹਿੰਗਾ ਕਮ ਸਾੜੀ ਵੀ ਬੋਲ ਸਕਦੇ ਆ ਕਿਉਂਕਿ ਡ੍ਰੇਪ ਅਟੈਚ ਹੈਗੀ ਨਾ ਨੀਚੇ ਲਹਿੰਗੇ ਦੇ ਨਾਲ ਪਹਿਲੇ ਮੈਂ ਤੁਹਾਨੂੰ ਇਹਦਾ ਬਲਾਊਜ਼ ਦਿਖਾਨਾ ਜਿਹੜਾ ਡਿਜ਼ਾਈਨਰ ਇਹਦਾ ਬਲਾਊਜ਼ ਬਣ ਕੇ ਆਇਆ ਪਰਲ ਆਈਵਰੀ ਗੋਲਡ ਕਲਰ ਦੇ ਉੱਪਰ ਨਾ ਹਾਈ ਨੈਕ ਵਾਲਾ ਅਲਟਰ ਨੈਕ ਵਾਲਾ ਦੇਖੋ ਨਾ ਹਾਈ ਬੋਕ ਬੈਨ ਕਾਲਰ ਵਾਲਾ ਇਹ ਨੈਕ ਪਰ ਸਾਰਾ ਬੀਡਸ ਐਂਡ ਪਰਲ ਦਾ ਕੰਮ ਹੈ نیٹ ਹੈਗੀ ਪਰ ਆਪਾਂ ਫੈਬਰਿਕ ਲਗਾ ਸਕਦੇ ਕੋਈ ਦਿੱਕਤ ਨਹੀਂ ਹੈ ਇਸ ਤਰ੍ਹਾਂ ਹੀ ਉੱਪਰ ਇਹਦੇ بیਡਸ ਦੀ ਨਾ ਲੇਅਰਸ ਆਣ ਗਈਆਂ بیਡਸ ਲੱਗੇ ਨੇ ਪਰਲ ਲੱਗੇ ਨੇ ਬੜਾ ਸੋਹਣਾ ਇਹਦਾ ਬਲਾਊਜ਼ ਬਣਿਆ ਟਮੀ ਕਵਰ ਡਿਜ਼ਾਈਨਰ ਇਹਦੇ 슬ੀਵਸ ਨੇ ਪਰ ਲਾਣਗੇ ਨੀਚੇ نیٹ ਹੈਗੇ ਉੱਪਰ ਪਰਲ ਦੀ ਇਸ ਤਰ੍ਹਾਂ ਨਾ ਲੜੀਆਂ ਆਣ ਗਈਆਂ ਬਹੁਤ ਸੋਹਣੀ ਲੜੀਆਂ ਬਣੀਆਂ ਪਰਲ ਦੀਆਂ ਸਾਈਡ ਤੇ ਵੀ ਇਸ ਤਰ੍ਹਾਂ ਸ਼ੋਅ ਹੋਊਗੀ ਜਦੋਂ ਪਾਉਂਗੇ ਨਾ ਬਹੁਤ ਸੋਹਣਾ ਇਹਦਾ ਹੈਵੀ ਬਲਾਊਜ਼ ਬਣਿਆ ਪ੍ਰੋਪਰ ਸਾਰਾ ਪਾਲ ਦੇ ਨਾਲ ਹੈ ਟਮੀ ਕਵਰ ਇਹਦਾ ਬਲਾਊਜ਼ ਹੈ ਹਾਈ ਨੈਕ ਵਾਲਾ ਬੈਕ ਇਸ ਤਰ੍ਹਾਂ ਹੈ ਕਿ ਬੈਕ ਜ਼ਿਪਰ ਹੈ ਬੈਕ ਤੇ ਬੁਟੀ ਹੈ ਪਰ ਆਪਾਂ نیٹ ਹੈਗੇ ਕਵਰ ਕਰ ਸਕਦੇ ਤੇ ਨਾਲ ਆ ਗਈ ਇਹਦੀ ਡ੍ਰੇਪ ਡ੍ਰੇਪ ਜਿਹੜੀ ਹੈਗੀ ਉਹ ਜੋਜੜ ਦੀ ਹੈ ਬੈਕ ਤੋਂ ਇਸ ਤਰ੍ਹਾਂ ਅਟੈਚ ਹੋਈ ਹੈ ਬੈਕ ਤੋਂ ਲੈ ਕੇ ਸਾਈਡ ਤੋਂ ਇਸ ਤਰ੍ਹਾਂ ਡ੍ਰੇਪ ਆਂਦੀ ਹੋਈ ਫਰੰਟ ਸ਼ੋਲਡਰ ਤੱਕ ਆਏਗੀ ਆ ਗਈ ਇਹਦੀ ਡ੍ਰੇਪ ਡ੍ਰੇਪ ਤੇ ਵੀ ਸਾਰਾ ਬਾਰਡਰ ਬਣਿਆ ਜੀ ਪਲ ਦਾ ਪਿਓਰ ਜੋਜੜ ਦੀ ਇਹਦੀ ਡ੍ਰੇਪ ਹੈ ਤੇ ਔਰਗੈਂਜ਼ਾ ਦੀ ਇਹਦੀ ਸਕਰਟ ਆਏਗੀ ਲਹਿੰਗਾ ਜਿਹੜਾ ਨਾ ਔਰਗੈਂਜ਼ਾ ਦਾ ਹੈ ਲਹਿਰਸ ਵਾਲਾ ਸਟਾਈਲਿਸ਼ ਡ੍ਰੇਪ ਸਟਾਈਲ ਡ੍ਰੇਪਸ ਕੱਟ ਜਿਹਨੂੰ ਆਪਾਂ ਕਹਿੰਦੇ ਕੱਟ ਸਟਾਈਲ ਡਿਫਰੈਂਟ ਹੈ ਔਰ 5 ਲੇਅਰ ਦੇ ਵਿੱਚ ਬਣਿਆ ਫਰਸਟ ਲੇਅਰ ਸੈਕੰਡ ਲੇਅਰ ਥਰਡ ਲੇਅਰ ਫੋਰਥ ਲੇਅਰ ਫਿਫਥ ਲੇਅਰ ਇਦਾਂ ਹੀ ਸਾਰਾ ਸਟੀਚਿੰਗ ਆਰਟ ਹੈ ਪ੍ਰੋਪਰ ਪਿਓਰ オーਰਗੈਂਜ਼ਾ ਦਾ ਹੈ ਜੀ ਲਹਿੰਗਾ ਜਿਹੜਾ ਹੈਗਾ ਪਿਓਰ ਟਿਸ਼ੂ オーਰਗੈਂਜ਼ਾ ਦਾ ਲਹਿੰਗਾ ਬਣਿਆ ਪਲੇਨ ਨੇ ਦੀ ਸਕਰਟ ਹੈ ਵਿਦ ਡ੍ਰੇਪ ਆਏਗੀ ਨਾਲ ਹੈਵੀ ਬਲਾਊਜ਼ ਹੈ ਪਾਲ ਦਾ ਕਲਰ ਹੈਗਾ ਆਈਵਰੀ 골ਡ ਨਾਲ ਡ੍ਰੇਪ ਹੈ ਪ੍ਰੋਪਰ ਇੰਡੋ-ਵੈਸਟਰਨ ਵਾਲਾ ਕਨਸੈਪਟ ਹੈਗਾ ਜੀ ਸਿੰਗਲ ਪੀਸ ਆਰਟੀਕਲ ਹੈ ਡੰਮੀ ਤੇ ਲੁੱਕ ਦੇਖ ਹੀ ਰਹੇ ਹੋ ਤੁਸੀਂ ਆਉਸਮ ਕੀ ਬਾਤ ਹੈ ਜੀ ਪੂਰਾ ਹੈਵੀ ਬਲਾਊਜ਼ ਸਿੰਗਲ ਮੈਚਿੰਗ ਦੇ ਵਿੱਚ ਡੇਪ ਸਕਰਟ ਵਿਦ ਹੈਵੀ ਬਲਾਊਜ਼ ਇਹ ਸਾਡੀ ਅੱਜ ਦੀ ਲਾਸਟ ਆਈਟਮ ਹੈ ਡੰ ਲੈ ਆਈਟਮ ਨੰਬਰ ਆਏਗੀ ਜੀ 20 ਆ ਲੋ ਇਹ ਹੈਗੀ ਆਈਟਮ ਨੰਬਰ 20 ਡ੍ਰੈਪਸ ਕੱਟ ਦੇ ਨਾਲ ਹੈਵੀ ਬਲਾਊਜ਼ ਤੇ ਰੇਟ ਆਏਗਾ 30260 30260 ਆਈਟਮ ਨੰਬਰ ਵੀ ਹੈ ਜੀ ਲੋ ਜੀ ਅੱਜ ਦੇ ਲਈ ਇੰਨਾ ਹੀ ਆਈ ਹੋਪ ਤੁਹਾਨੂੰ ਅੱچھے ਲੱਗਣਗੇ ਆਰਟੀਕਲ ਤੇ ਜਿਹੜਾ ਤੁਹਾਨੂੰ ਅੱਛਾ ਲੱਗਾ ਨਾ ਆਰਟੀਕਲ ਆ ਸਾਡੇ ਨੰਬਰ ਜਾਣ ਲੱਗੇ ਵਾਰ ਇੱਕ ਵਾਰੀ ਨੋਟ ਕਰ ਲਓ ਇਹ ਸਾਰੇ ਫੇਸਬੁੱਕ ਤੇ ਪਾਏ ਨੇ ਆਨਲਾਈਨ ਨੰਬਰ ਨੇ ਜੀ ਜਿਹੜਾ ਵੀ ਤੁਹਾਨੂੰ ਇਹਦੇ ਚੋਂ ਅੱਛਾ ਲੱਗਿਆ ਉਹਦਾ ਸਕਰੀਨਸ਼ਾਟ ਤੁਸੀਂ ਲੈ ਲੈਣਾ ਆ ਨੰਬਰਾਂ ਤੇ ਸ਼ੇਅਰ ਕਰਕੇ ਕਾਲ ਕਰਕੇ ਮੈਸੇਜ ਕਰਕੇ ਆਪਣਾ ਆਰਟੀਕਲ ਤੁਸੀਂ ਬੁੱਕ ਕਰਵਾ ਸਕਦੇ ਹੋ ਠੀਕ ਹੈ ਜੀ ਅੱਜ ਦੇ ਲਈ ਇੰਨਾ ਹੀ ਕੱਲ ਫਿਰ ਲਾਈਵ ਆਵਾਂਗੇ ਨਵੇਂ ਡਿਜ਼ਾਈਨ ਤੇ ਨਵੇਂ ਆਰਟੀਕਲ ਲੈ ਕੇ ਤਦ ਤੱਕ ਦੇ ਲਈ ਸਭ ਨੂੰ ਪਿਆਰ ਭਰੀ ਸ਼ਸ਼ੀਕਾਲ ਓਕੇ ਬਾਈ ਟੇਕ ਕੇਅਰ ਜੀ